ਲਓ ਜੀ ਹਾਜ਼ਰੀਆਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਹਰ ਰੋਜ਼ ਦੀ ਤਰ੍ਹਾਂ ਇਸ ਕੋਲੀ ਹਾਜ਼ਰ ਹੋ ਜਾਈਦਾ ਹਾਂ ਜੀ ਤੁਹਾਡੇ ਕੋਲ ਤੇ ਕੋਸ਼ਿਸ਼ ਇਹ ਕਰੀਦੀ ਆ ਵੀ ਨਾਲੇ ਤੇ ਖਬਰਾਂ ਦੀ ਗੱਲਬਾਤ ਹੋ ਜਵੇ ਤੇ ਨਾਲੇ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰ ਲਈਏ ਵੀਰ ਆਪਣੇ ਨਾਲ ਪਰਮੀਰ ਬਾਠੂਰੀ ਹੋਰ ਬਾਠ ਛੜਦੀ ਕਲਾ ਜੀ ਆਪਣਾ ਸਨਾਓ ਠੀਕ ਠਾਕ ਆ ਮੌਜਾਂ ਜਿੱਦਾਂ ਹਾਲ ਦੀ ਘੜੀ ਠੀਕ ਆ ਕੁਝ ਤੁਹਾਡਾ ਸੁਣਾਓ ਕੱਲ ਕਿੱਦਾਂ ਰਿਹਾ ਤੁਹਾਡਾ ਬਹੁਤ ਹੀ ਆਨੰਦ ਸੀ ਥਕਾਵਟ ਬਹੁਤ ਹੋਈ ਹੋਣੀ ਆ ਆ ਫਿਰ ਇੰਨੇ ਬੰਦਿਆਂ ਨੂੰ ਮਿਲਣਾ ਕੋਈ ਇਧਰੋਂ ਐਮਐਲਏ ਆ ਗਿਆ ਕੋਈ ਮੰਤਰੀ ਆ ਗਿਆ ਕੋਈ ਕੈਬਨਿਟ ਮੰਤ ਕੰਬ ਹੈ ਬੜਾ ਸੂਸ ਸੀ ਨਾ ਮੂੰਹ ਤੇ ਮਾਸਕ ਲਾ ਲਓ ਉਦਾਂ ਜੱਫੀਆਂ ਪਾ ਲਓ ਤਰ ਲੋ ਟੀਚਰਾਂ WhatsApp ਕੋਈ ਗੱਲ ਨਹੀਂ ਨਹੀਂ ਮੈਂ ਟੀਚਰ ਨਹੀਂ ਕਰਦਾ ਮੈਂ ਉਹਨਾਂ ਲੱਖਾਂ ਲੋਕਾਂ ਦੀ ਫਿਕਰ ਕਰਦਾ ਜਿਹਨਾਂ ਨੂੰ ਤਾਂ ਜੁਰਮਾਨੇ ਲਏ ਸੀ ਜਿਹਨਾਂ ਦੀ ਡਾਂਗ ਫਿਰੀ ਸੀ ਜਿਹਨਾਂ ਦੇ ਚਲਾਨ ਕੱਟੇ ਸੀ ਇੱਕੋ ਗੱਲ ਪਤਾ ਕੀ WhatsApp ਥੋੜੇ ਦਿਨਾਂ ਦੀ ਗੱਲ ਆ ਮੁੜ ਕੇ ਦੇ ਉਹਨੇ ਜਿਹਨੂੰ ਫੇਰ ਭਗਵੰਤ ਮਾਰ ਹੋਣਾ ਵਾਪਸ ਆ ਜਣਾ ਸੁਖਵੀਰ ਸਿੰਘ ਬਾਦਰ ਹੋਣਾ ਵਾਪਸ ਆ ਜਣਾ ਫੇਰ ਮੈਨੂੰ ਉਹਨਾਂ ਨੂੰ ਮਿਲਣਾ ਪੈਣਾ ਹੂੰ ਹੂੰ ਥੋੜੇ ਦਿਨ ਵੈਸੇ ਜਿੰਨੇ ਦਿਨ ਹੋਣ ਸਿੱਧੂ ਸਾਹਿਬ ਚੱਲ ਰਹੇ ਉਹਨੇ ਦਿਨ ਸਿੱਧੂ ਸਾਹਿਬ ਨੂੰ ਰਹਿਨੇ ਆ ਤਾਂ ਕਰਕੇ ਮੈਂ ਤਾਂ ਜੀ ਬੜਾ ਪਰੇਸ਼ਾਨ ਐ ਬੀਜਪੀ ਵਾਲੇ ਨਹੀਂ ਉੱਠਣਦੇ ਮੁੰਨਾ ਨੂੰ ਮਿਲਣਾ ਮੈਨੂੰ ਜੋਪੀ ਕਰਕੇ ਬੰਦੇ ਨਹੀਂ ਸੰਧਾਲੀਆ ਸਭ ਗੱਲ ਤੁਹਾਡੀ ਠੀਕ ਆ ਜੇ ਹੋ ਸਕਦਾ ਇੱਕ ਦੀ ਪਾਰਟੀ ਹੋਰ ਬਣ ਜਾਏ ਕਿਉਂਕਿ ਜਿੱਦਾਂ ਚੜੂਨੀ ਸਾਹਿਬ ਕਹਿੰਦੇ ਆ ਕਿ ਭਾਈ ਕਿਸੇ ਨਾ ਕਿਸੇ ਨੂੰ ਤਾਂ ਖੜੇ ਹੋਣਾ ਪਊਗਾ ਉਹ ਕਹਿੰਦੇ ਨਹੀਂ ਚੋਣ ਲੜਨੀ ਆ ਉਹਦਾ ਗੱਲ ਕਰਦੇ ਆ ਉਹਦੇ ਤੋਂ ਵੀ ਲੱਗਦਾ ਕਿ ਇੱਕ ਦੋ ਪਾਰਟੀਆਂ ਹੋਰ ਉਹਦੇ ਕੰਮ ਤੁਹਾਨੂੰ ਬਹੁਤ ਪੈਣਾ 48 ਘੰਟੇ ਬਹੋਜਣ ਤੁਹਾਡੇ ਕੋਲੇ ਘੱਟ ਪੈਣੇ ਆ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਇਸ ਸਿਆਸਤੋ ਸਿਆਸਤੀ ਵਾਲੇ ਚੱਕਰ ਦੇ ਵਿੱਚ ਪੰਜਾਬ ਦੇ ਲੋਕ ਚੇਤਾ ਨਾ ਭੁੱਲਣ ਕੁਝ ਚੀਜ਼ਾਂ ਦਾ ਆਪਾਂ ਗੱਲ ਛੱਤੀਸਗੜ੍ਹ ਤੋਂ ਸ਼ੁਰੂ ਕਰਦੇ ਹਾਂ ਉਹਦੇ ਤੋਂ ਬਾਅਦ ਫਿਰ ਸਿੱਧੂ ਸਾਹ ਵਾਲੇ ਪਾਸੇ ਆਵਾਂਗੇ ਕਿਸਾਨਾਂ ਦੀ ਸੰਸਦ ਵੀ ਦੇਖਣੀ ਆ ਛੱਤੀਸਗੜ੍ਹ ਦੇ ਵਿੱਚ ਉਹ ਕੰਮ ਹੋਣ ਲੱਗ ਪਿਆ ਜਿਹਦੀ ਪੰਜਾਬ 'ਚ ਬਹੁਤ ਲੋੜ ਹੈ ਪੰਜਾਬ 'ਚ ਉਸ ਕੰਮ ਨੂੰ ਬਹੁਤ ਥੋੜੇ ਲੋਕ ਕਰਦੇ ਆ ਪਰ ਸਾਡੀ ਲੋੜ ਛੱਤੀਸਗੜ੍ਹ ਤੋਂ ਵੀ ਕਈ ਗੁਣਾ ਵੱਧ ਹੈ ਹੁਣ 36 ਗੜ ਦੇ ਵਿੱਚ ਇੱਕ ਚਿਪਕੋ ਅੰਦੋਲਨ ਹੋਰ ਚੱਲਣ ਲੱਗ ਪਿਆ। ਕੋਈ ਚਿਪਕੋ ਅੰਦੋਲਨ ਕਈ ਦਹਾਕੇ ਪਹਿਲਾਂ ਚੱਲਿਆ ਸੀ ਕਿ ਦਰਖਤ ਬਚਾਉਣੇ ਆ। ਵਿਕਾਸ ਦੇ ਨਾਂ ਤੇ, ਪ੍ਰੋਜੈਕਟ ਲਾਉਣ ਦੇ ਨਾਂ ਤੇ, ਇੰਡਸਟਰੀ ਦੇ ਨਾਂ ਤੇ, ਸੜਕਾਂ ਦੇ ਨਾਂ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਦਰਖਤਾਂ ਨੂੰ ਵੱਡ-ਵੱਡ ਕੇ ਜਿਹੜਾ ਲੋਕਾਂ ਦਾ ਜੀਵਨ ਦੁੱਬਰ ਕੀਤਾ ਜਾ ਰਿਹਾ ਸੀ ਉਹਦੇ ਖਿਲਾਫ ਅੰਦੋਲਨ ਸੀ। ਹੁਣ 36 ਗੜ ਦੇ ਵਿੱਚ ਇੱਕ ਬਾਈਪਾਸ ਬਣਾਉਣਾ ਹੈ 8 ਕਿਲੋਮੀਟਰ 10 ਮੀਟਰ ਚੌੜਾ 8 ਕਿਲੋਮੀਟਰ ਅਗਲੇ ਪਾਸੇ ਨੂੰ ਗਲ ਜਾਊਗੀ। ਉਹਦੇ ਲਈ ਸਰਕਾਰ ਨੇ ਜੰਗਲਾਤ ਵਿਭਾਗ ਦੇ 2000 ਦਰਖਤ ਵੱਢਣੇ ਆ। ਲੋਕਾਂ ਨੇ ਪਹਿਲਾਂ ਤਾਂ ਬੇਨਤੀਆਂ ਕੀਤੀਆਂ, ਮੰਗ ਪੱਤਰ ਦਿੱਤੇ, ਯਾਦ ਪੱਤਰ ਦਿੱਤੇ ਕਿ ਭਾਈ ਨਾ ਵੱਢਿਓ। ਆਪਾਂ ਹੁਣੇ ਆਕਸੀਜਨ ਵਾਲਾ ਕੰਮ ਦੇਖ ਕੇ ਆਏ ਆ। ਵਾਤਾਵਰਣ ਆਪਾਂ ਰੱਖਣਾ ਹੈ। ਕੋਈ ਹੋਰ ਢੰਗ ਤਰੀਕਾ ਵਰਤੋ, ਕਿਸੇ ਹੋਰ ਪਾਸੇ ਦੀ ਕੱਢੋ। ਕਿ 2000 ਦਰਖਤ ਨਹੀਂ ਵੱਢਣ ਦੇ ਨਾ ਸਰਕਾਰ ਨਹੀਂ ਬੰਨੀ। ਲੋਕਾਂ ਨੇ ਇੱਕ ਤਾਂ ਦਰਖਤਾਂ ਨੂੰ ਰੱਖੜੀਆਂ ਮੰਨਣੀਆਂ ਸ਼ੁਰੂ ਕਰ ਦਿੱਤੀਆਂ, ਜੱਫੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਭਗਵਾਨ ਸ਼ਿਵ ਦੀਆਂ ਫੋਟੋ ਜਿਹੜੀਆਂ ਉਹਦੇ ਨਾਲ ਚਪਕਾਉਣੀਆਂ ਸ਼ੁਰੂ ਕਰ ਦਿੱਤੀਆਂ, ਹੁਣ ਵੱਢ ਕੇ ਦਿਖਾਓ ਯਾਨੀ ਕਿ ਅੱਜ ਤੱਕ ਧਰਮ ਦਾ ਆਸਰਾ ਰਾਜਨੀਤਿਕ ਲੋਕ ਲੈਂਦੇ ਸੀ ਕਿ ਭਾਈ ਵੋਟਾਂ ਲੈਣ ਦੇ ਲਈ ਇਹਨਾਂ ਨੂੰ ਧਰਮ ਦੇ ਨਾਂ ਤੇ ਵੰਡ ਦਿਓ ਧਰਮ ਦਾ ਹੁਕਾ ਦੇ ਦਿਓ ਵੋਟਾਂ ਲੈ ਲਓ ਹੁਣ ਪਹਿਲੀ ਵਾਰੀ ਉਸ ਧਰਮ ਦਾ ਧਾਰਮਿਕ ਜਿਹੜੇ ਆਗੂ ਨੇ ਧਾਰਮਿਕ ਜਿਹੜੇ ਗੁਰੂ ਨੇ ਉਹਨਾਂ ਦੀਆਂ ਤਸਵੀਰਾਂ ਦਾ ਸਹਾਰਾ ਦਰਖਤ ਬਚਾਉਣ ਦੇ ਲਈ ਲਿਆ ਜਾ ਰਿਹਾ ਤੇ ਲੋਕਾਂ ਨੇ ਤੇ ਵੀ ਦਾਅਵਾ ਕੀਤਾ ਕਿ 2000 ਨਹੀਂ 20000 ਦੇ ਕਰੀਬ ਦਰਖਤ ਵੱਢ ਹੋਣੇ ਆ ਤੇ ਦਰਖਤ ਬੜੇ ਪੁਰਾਣੇ ਆ ਮੈਨੂੰ ਇਹ ਲੱਗਦਾ ਸੀ ਕਿ ਜਿਉ ਨਾਰਾ ਦੇਖ ਸਕਦੇ ਆ ਕਿ ਭਾਈ ਅਸੀਂ ਵਾਤਾਵਰਣ ਬਚਾਉਣਾ ਹੈ ਹੁਣ ਅਸੀਂ ਅੱਗੇਲੇ ਪਾਸੇ ਨੂੰ ਵਧਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਉਸ 36 ਸਗੜ ਤੋਂ ਜ਼ਰੂਰ ਸਿੱਖਣਾ ਪਊਗਾ ਸਾਡੇ ਹੁਣੇ-ਹੁਣੇ ਫਰੀਦਕੋਟ ਦੀ ਖੰਡ ਮਿਲ ਦਾ ਮਸਲਾ ਚੱਲਿਆ ਸੀ ਕਈ ਹੋਰ ਛੋਟੇ-ਛੋਟੇ ਪ੍ਰੋਜੈਕਟ ਚੱਲ ਰਹੇ ਆ ਜਿੱਥੇ ਦਰਖਤ ਵਧਣ ਦੀ ਪ੍ਰਕਿਰਿਆ ਬੜੀ ਤੇਜ਼ ਹੈ ਅਜੇ ਉਸ ਪੱਧਰ ਤੇ ਮਹਿਮ ਨਹੀਂ ਆਈ ਆਉਣੀ ਜ਼ਰੂਰ ਚਾਹੀਦੀ ਹੈ ਨਹੀਂ ਆਉਗੀ ਪਰ ਕਾਰਨ ਇਹ ਆ ਵੀ ਜਿੱਦਾਂ ਤੁਸੀਂ ਬੜੇ ਖੁਸ਼ ਹੋਏ ਕਿ ਲੋਕਾਂ ਨੇ ਮਤਲਬ ਚਲੋ ਭਗਵਾਨ ਸ਼ਿਵ ਦੀਆਂ ਫੋਟੋਆਂ ਲਾਉਣੀਆਂ ਸ਼ੁਰੂ ਕਰਤੀਆਂ ਕੁਛ ਨਹੀਂ ਐਡੀ ਕੋ ਗੱਲ ਨਹੀਂ ਹੈਗੀ ਇੱਕ ਬੰਦਾ ਐ ਖੜਾ ਕਰਨਾ ਉਹਦੇ ਕੋਲ ਅਸੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਕਰਾ ਦੇਣਾ ਇਹਨਾਂ ਬੰਦਿਆਂ ਤੇ ਜਦੋਂ ਨੂੰ ਪੁੱਛਣਾ ਵੀ ਹਾਂ ਜੀ ਤੇਰੀਆਂ ਧਾਰਮਿਕ ਭਾਵਨਾਵਾਂ ਨੂੰ ਕਿਹਨੇ ਠੇਸ ਪਹੁੰਚਾਇਆ ਯਾਰ ਮਤਲਬ ਸ਼ੇ ਮਹਾਰਾਜ ਦੀ ਜਿਹੜੀ ਇਹਨਾਂ ਨੇ ਫੋਟੋ ਆ ਦਰਖਤਾਂ ਦੇ ਲਾਉਣੇ ਸ਼ੁਰੂ ਕਰ ਦਿੱਤੀ ਮੇਖਾਂ ਘੱਟ ਘੱਟ ਕੇ ਮੈਨੂੰ ਬੜਾ ਦੁੱਖ ਤਕਲੀਫ ਹੋਇਆ ਉਸੇ ਕੇਸ ਚ ਪੰਜ ਚਾਰ ਚੋਕ ਕੇ ਬੰਦੇ ਜੀਪਸੀ ਚ ਖੜਨੇ ਆ ਦੋ ਤਿੰਨ ਰਾਤਾਂ ਉਹਨਾਂ ਨੂੰ ਅੰਦਰ ਰਹਿਣਾ ਮੁੜ ਕੇ ਨਾ ਕਿਸ ਨੇ ਰਖੜੀ ਬੰਨਣੀ ਨਾ ਕਿਸ ਨੇ ਜੱਫੀ ਪਾਉਣੀ ਜਣੀ ਤੋੜ ਪ੍ਰੇਸ਼ਾਨੀ ਹੋਰ ਕੋ ਪਰੇਸ਼ਾਨੀ ਦੇਣ ਤੁਹਾਨੂੰ ਨਹੀਂ ਪਰੇਸ਼ਾਨੀ ਕੋਈ ਨਹੀਂ ਪਰ ਜਿਸ ਢੰਗ ਦੇ ਨਾਲ ਉੱਥੇ ਇੱਕ ਸੰਸਥਾ ਬਣ ਗਈ ਆ ਨਾ ਜੀ ਕਿਉਂਕਿ ਇੱਕ ਜਾਂ ਦੋ ਜਾਂ ਚਾਰ ਬੰਦੇ ਨਹੀਂ ਆ ਰਹੇ ਸਾਰੇ ਪਿੰਡਾਂ ਦੇ ਲੋਕ ਆ ਰਹੇ ਆ ਤੇ ਬਾਰੀ-ਬਾਰੀ ਉੱਥੇ ਮਜਾਰੇ ਹੋ ਰਹੇ ਆ ਰੋਜ਼ ਉਹੀ ਲੋਕ ਨੇ ਜਿਨ੍ਹਾਂ ਦੇ ਇੱਥੇ ਉਂਗਲ ਦੇ ਉੱਤੇ ਸਿਆਹੀ ਲੱਗਦੀ ਹੈ ਉਹ ਵੋਟ ਪਾਉਂਦੇ ਆ ਤੇ ਉਹਨਾਂ ਦੀਆਂ ਵੋਟਾਂ ਲੈ ਕੇ ਕੰਮ ਅਗਲੇ ਪਾਸੇ ਨੂੰ ਤੁਰਨਾ ਥੋੜੀ ਗੱਲ ਠੀਕ ਹੈ ਕਿ ਦੋ ਚਾਰ ਬੰਦੇ ਅੰਦਰ ਦਿੱਤੇ ਜਾ ਸਕਦੇ ਆ ਪਰ ਜਿਸ ਪੱਧਰ ਦੇ ਉੱਤੇ ਉਹ ਨਵਾਂ ਚਿਪਕੋ ਅੰਦੋਲਨ ਚਿਪਕੋ ਅੰਦੋਲਨ 2 ਜਿਹੜਾ ਸ਼ੁਰੂ ਹੋ ਗਿਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਚਾਲ ਕੰਮ ਨਹੀਂ ਕਰਨੀ। ਨਹੀਂ ਚਲੋ ਵਧੀਆ। ਜੇ ਮੈਂ ਤਾਂ ਕਹਿਣਾ ਵੀ ਰੁੱਖ ਵੱਜ ਜਾਣ। ਪਰ ਮੈਂ ਸਿਰਫ ਦੇਖੋ ਕੀ ਕਰੀ ਹੁਣ ਆਦਤਨ ਸਾਾਨੂੰ ਜਿਹੜੀ ਤਰੀਕਾ ਹੁੰਦਾ ਮੈਂ ਤਾਂ ਉਹਦੀ ਗੱਲ ਕਰ ਸਕਦਾ। ਤੁਸੀਂ ਹੁਣ ਕਹਿੰਦੇ ਵੀ ਅਸੀਂ ਰਾਜਨੀਤੀ ਬਦਲਨੀ ਹੈ, ਰਾਜਨੇਤਾ ਬਦਲਨੇ ਆ। ਤੁਹਾਡੇ ਕੋਲ ਜੇ ਮੈਂ ਨਹੀਂ ਬਦਲਣ ਲਿਆ ਹੌਲੀ-ਹੌਲੀ ਰਾਜਨੀਤਿਕ ਵਾਕੀ ਦੇ ਬੜੀ ਦੂਰ ਦੀ। ਨਹੀਂ ਤੁਸੀਂ ਪਤਾ ਕਿਉਂ ਨਹੀਂ ਬਦਲਦੇ? ਤੁਸੀਂ ਮਿੰਟਕ ਜਾਇਆ ਉਹਨੇ ਉਧਰਲੇ ਪਾਸੇ ਨੂੰ। ਪ੍ਰਧਾਨਗੀ ਪ੍ਰਧਾਨਗੀ ਲੈ ਜਾਇਆ ਉਹਨੇ ਇੱਕ ਦਾ ਰੀਤਾ ਦਾ ਠੇਕਾ ਲੈ ਆਉਨੇ ਆ ਟਿੱਪਰ ਟੁੱਪਰ ਚਲਾ ਲੈਨੇ ਹੋ। ਕਦੇ ਕਿਸੇ ਨਹਿਰ ਦੀ ਸਫਾਈ ਦਾ ਠੇਕਾ ਲੈ ਕੇ ਯਾਰ ਬਹੁਤ ਵੱਡੀ ਗੱਲ ਹੈ ਛੱਪੜ ਐ 15 ਕਰੋੜ ਦਾ ਸਾਫ ਕਰੀਦਾ ਨਹੀਂ ਠੀਕ ਜਾਂ ਦਾ ਖੂਠਾ ਹੈ ਨਹੀਂ ਹੈ ਤਾਂ ਝੂਠ ਹੀ ਆ ਸਾਫ ਨਹੀਂ ਨਾ ਕਰੀਦਾ ਯਾਨੀ ਛੱਪੜ ਨੂੰ ਸਾਫ ਕਰਨ ਦੇ ਨਾਂ ਤੇ 15 ਕਰੋੜ ਲਈਦਾ ਯਾਰ ਇਹ ਤਾਂ ਤੁਸੀਂ ਕਹਿੰਦੇ ਹੋ ਸਰਕਾਰੀ ਕਾਗਜ਼ ਇਹ ਕਹਿੰਦੇ ਵੀ ਛੱਪੜ ਦੀ ਸਫਾਈ ਦੇ 15 ਕਰੋੜ ਲੱਗਾ ਵੀ ਜਾਂ ਦਾ ਨਹੀਂ ਲੱਗਾ ਨਹੀਂ ਲੱਗਾ ਬਿੱਲ ਜਾਈ ਦੇ ਦੇਣਗੇ ਹੋਰ ਦੱਸੋ ਕੀ ਚਾਹੀਦਾ ਨਹੀਂ ਬਿੱਲ ਤਾਂ ਦਿੱਲੀ ਕਮੇਟੀ ਦੀਆਂ ਚੋਣਾ ਹੋਣ ਵਾਲੀਆਂ ਉੱਥੇ ਵੀ ਤਿੰਨੋਂ ਤਰ੍ਹਾਂ ਬਿੱਲ ਦੇਈ ਜਾਂਦੀਆਂ ਇੱਕ ਦੂਜੇ ਦੇ ਖਿਲਾਫ ਕਿ ਪਾਈ ਆ ਦੇਖੋ ਐਡਾ ਵੱਡਾ ਬਿੱਲ ਆ ਗਿਆ ਤੇ ਹੁਣ ਸੰਗਤ ਕੀ ਕਰੇ ਭਾਈ ਉਧਰਲੇ ਪਾਸੇ ਆ ਨਹੀਂ ਉਹ ਤਾਂ ਗੱਲ ਹੈ ਜੀ ਚਲੋ ਖੈਰ ਐਸਜੀਪੀਸੀ ਦੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਆਪਾਂ ਉਹਨਾਂ ਵਾਲੇ ਪਾਸੇ ਬਾਅਦ ਜਾਵਾਂਗੇ ਪਰ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਇਸ ਵਕਤ ਦੀ ਪਹਿਲੀ ਘਟਨਾ ਉਹਦੀ ਗੱਲ ਕਰ ਲਈਏ ਵੀ ਜਿਹੜੇ ਖੇਤੀ ਮੰਤਰੀ ਸਾਹਿਬ ਉਹ ਅਸਤੀਫਾ ਕਿਉਂ ਦੇ ਗਏ ਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਤੋਂਮਰ ਸਾਹਿਬ ਹੋ ਸਕਦਾ ਅਖਬਾਰ ਦੇ ਵਿੱਚ ਖਬਰ ਪੜ ਕੇ ਆਣੀ ਯਾਰ ਮੈਂ ਤਾਂ ਲਿਖ ਕੇ ਦਿੱਤਾ ਨਹੀਂ ਦਸਖਤ ਕੀਤੇ ਨਹੀਂ ਪਰ ਉਹ ਕਿਸਾਨਾਂ ਦੇ ਬਣਾਇਓ ਸੀ ਹਾਂ ਮਤਲਬ ਇਹ ਜ਼ਰੂਰਤ ਦੇਖੋ ਨਾ ਇਹ ਲਾਈਨ ਕਿੰਡੀ ਵਧੀਆ ਬੰਦੀ ਕਿ ਪਾਰਲੀਮੈਂਟ ਵਿੱਚੋਂ ਖੇਤੀ ਮੰਤਰੀ ਨੇ ਕਿਸਾਨਾਂ ਨਾਲ ਬਹਿਸ ਹਾਰਨ ਤੋਂ ਬਾਅਦ ਦਿੱਤਾ ਅਸਤੀਫਾ ਲਾਈਨ ਬਹੁਤ ਵੱਡੀ ਹੈ ਤੇ ਇਹਦੇ ਨਾਲ ਉਸ ਕਿਸਾਨਾਂ ਦੇ ਕਿਸਾਨ ਪਾਰਲੀਮੈਂਟ ਵਿੱਚ ਬਣਾਏ ਖੇਤੀ ਮੰਤਰੀ ਨੇ ਚਾਰ ਗੱਲਾਂ ਹੋਰ ਕਹੀਆਂ ਉਹ ਕਹਿੰਦੇ ਮੈਂ ਅੜਿਆ ਸੀ ਕਿ ਕਾਨੂੰਨ ਠੀਕ ਨੇ ਪਰ ਜਦੋਂ ਆ ਸਾਹਮਣੇ ਬੈਠੇ 200 ਕਿਸਾਨਾਂ ਨੇ ਮੇਰੇ ਕੋਲ ਸਵਾਲ ਪੁੱਛੇ ਮੇਰੇ ਕੋ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕਰ ਰਹੀ ਮੈਨੂੰ ਸੰਗ ਬੜੀ ਆਈ ਕਹਿੰਦੇ ਮੈਨੂੰ ਜਵਾਬ ਕੋਈ ਨਹੀਂ ਸੀ ਆਉਂਦਾ ਮੈਂ ਗੱਲਾਂ ਤਾਂ ਬਹੁਤ ਗੋਲ ਕੀਤੀਆਂ ਪਰ ਆਖਰਕਾਰ ਮੈਨੂੰ ਐ ਲੱਗਿਆ ਕਿ ਮੈਨੂੰ ਅਸਤੀਫਾ ਦੇ ਕੇ ਕਿਸਾਨਾਂ ਚ ਬਹਿਣਾ ਚਾਹੀਦਾ ਤੇ ਆਹ ਲਓ ਭਾਈ ਆਪਾਂ ਅਸਤੀਫਾ ਦਿੱਤਾ ਤਾਂ ਕਿਸਾਨਾਂ ਚ ਬੈਠੇ ਯਾਨੀ ਜਿਹੜੀ ਕਿਸਾਨ ਪਾਰਲੀਮੈਂਟ ਦਾ ਦੂਸਰਾ ਦਿਨ ਪਹਿਲੀ ਗੱਲ ਹੈ ਕਿ ਵੇਲੇ ਸਰਕਾਰ ਮਸ਼ੂਰੂ ਹੋਇਆ ਦੂਸਰੀ ਗੱਲ ਹੈ ਕਿ ਤਿੰਨ ਸਪੀਕਰ ਤੇ ਤਿੰਨ ਡਿਪਟੀ ਸਪੀਕਰ ਵੱਖਰੇ ਵੱਖਰੇ ਸੈਸ਼ਨਾਂ ਦੇ ਉਹ ਬਿਲਕੁਲ ਨਵੇਂ ਚੁਣੇ 200 ਦੇ 200 ਕਿਸਾਨ ਗਲਾਂ ਦੇ ਵਿੱਚ ਸ਼ਨਾਖਤੀ ਕਾਰਡ ਪਾ ਕੇ ਬਿਲਕੁਲ ਨਵੇਂ ਗਏ ਇੱਕ ਘੰਟੇ ਦਾ ਕੁਐਸਚਨ ਆਵਰ ਪ੍ਰਸ਼ਨ ਕਾਲ ਚੱਲਿਆ ਉਹਦੇ ਵਿੱਚ 45 ਤੋਂ ਵੱਧ ਕਿਸਾਨਾਂ ਨੇ ਆਪਣੇ ਸਵਾਲ ਰੱਖੇ ਤੇ ਸਾਰੇ ਸਵਾਲ ਖੇਤੀਬਾੜੀ ਨਾਲ ਸੰਬੰਧਿਤ ਮੰਡੀ ਕਰਨ ਦੀ ਪ੍ਰਕਿਰਿਆ ਦੇ ਨਾਲ ਸੰਬੰਧਿਤ ਸੰਧਾਲੀਆ ਸਭ ਕੋਈ ਬਾਈਕਾਟ ਕਰਕੇ ਨਹੀਂ ਗਿਆ ਕਿਸੇ ਨੂੰ ਗੈਸ ਨਹੀਂ ਹੋਈ ਕੋਈ ਇਦਾਂ ਦੀ ਗੱਲ ਨਹੀਂ ਹਾਂ ਥੋੜੀ ਜੀ ਕਿਸਾਨ ਪਾਰਲੀਮੈਂਟ ਅਪਗ੍ਰੇਡ ਜ਼ਰੂਰ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਭਾਈ ਉੱਥੇ ਆਪਸ਼ਨ ਜੀ ਆਉਂਦੀ ਹੈ ਕਿ ਇਹਨੂੰ ਅਪਗ੍ਰੇਡ ਕਰ ਲਓ ਤੇ ਉਹਨਾਂ ਨੇ ਕਰ ਲਈ ਮੌਸਮ ਥੋੜੀ ਜਿਆਦਾ ਖਰਾਬ ਲੱਗਦਾ ਸੀ ਅਗਲਾ ਟੈਂਟ ਲਾ ਲਿਆ ਇਹ ਤੇ ਲਾਉਣਾ ਹੀ ਆ ਮੈਂ ਤਾਂ ਜੇ ਰੁਕਣ ਮੈਂ ਤਾਂ ਕਹਿੰਦਾ 13 ਅਗਸਤ ਤੱਕ ਉਥੇ ਕੋੂਲਰ ਵੀ ਲੱਗਣੇ ਆ ਏਸੀ ਵੀ ਹੋ ਸਕਦਾ ਲੱਗ ਜਾਵੇ ਬਿਲਕੁਲ ਠੀਕ ਹੋ ਕੇ ਲੰਗਰ ਪ੍ਰਸ਼ਾਦਾ ਤੇ ਚੱਲ ਪਿਆ ਹੁਣ ਜਦੋਂ ਦਰੀ ਕੀ ਖਰਾਬ ਚੱਲਣ ਲੱਗ ਪਈ ਉਹ ਤੋਂ ਬਾਅਦ ਮਤਲਬ ਟੈਂਟ ਲੱਗ ਗਿਆ ਤੇ ਹੌਲੀ ਹੌਲੀ ਆ ਨਾ ਵੀ ਉਹ ਨਾ ਉਹ ਗੱਲ ਤਾਂ ਚਲੋ ਠੀਕ ਆ ਮੁੰਡਿਓ ਫਿਰ ਹੁਣ ਗਾ ਅਗਲੇ ਜੱਥੇ ਜਿਹੜੇ ਪੰਜ ਚਾਰ ਬੰਦੇ ਚੱਲੇ ਆ ਨਾ ਉਹ ਥੋੜੇ ਬਜ਼ੁਰਗ ਆ ਭੁੰਜੇ ਬੈਠਾ ਨਹੀਂ ਜਾਂਦਾ ਜਿਆਦਾ ਟਾਈਮ ਉਹਨਾਂ ਕੋਲ ਫਿਰ ਕੁਰਸੀਆਂ ਲੈ ਚਲਦੇ ਆਲੀ ਵੀ ਇਹਨਾਂ ਲਈ ਕਾਲੀ ਖੜਨੀ ਆ 200 ਦੇ ਕੁਰਸੀ ਖੜੇ ਟਰਾਲੀ ਪਰ ਉਹ ਇੱਕ ਉਥੇ ਲੈ ਚਲਦੇ ਕਿਉਂਕਿ ਆਪਾਂ ਉਹਦੇ ਆਦਤ ਪਈ ਨਾ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪਿੰਡਾਂ ਥਾਵਾਂ ਤੇ ਹੋਣੀ ਆ ਥੋੜਾ ਜਿਹਾ ਪੈਲਸ ਕਲਚਰ ਵਾਲਾ ਵਧ ਗਿਆ ਨਹੀਂ ਤੇ ਇਹਦੋਂ ਪਹਿਲਾਂ ਕੀ ਹੁੰਦਾ ਵਿਆਹ ਤੋਂ ਜਾਂ ਕਿਸੇ ਤਰ੍ਹਾਂ ਦੇ ਸਮਾਗਮ ਤੋਂ ਠੀਕ ਇੱਕ ਸ਼ਾਮ ਪਹਿਲਾਂ ਇੱਕ ਟਰਾਲੀ ਜਾਂ ਦੋ ਟਰਾਲੀਆਂ ਕੁਰਸੀਆਂ ਵੀ ਇਹ ਨਹੀਂ ਆਉਂਦੇ ਸੀ ਹੁਰ ਕੀ ਆਉਂਦਾ ਤੇ ਉਹ ਚੱਕ ਕੇ ਉਥੇ ਲੈ ਜਾਂਗੇ ਆਪਾਂ ਹਾਂ ਨਹੀਂ ਉਹ ਕੁਰਸੀਆਂ ਜਿੱਦਾਂ ਉੱਪਰਲੇ ਪਾਸੇ ਰੱਖੀਆਂ ਹੁੰਦੀਆਂ ਇੱਕ ਵੰਦਾ ਫੜ ਕੇ ਬਿਠਾ ਹੁੰਦੇ ਵਿੱਚ ਟਰਾਲੀ ਦੇ ਸੰਧ ਵਾਲੀ ਅਸਾਂ ਮੈਨੂੰ ਹੋਰ ਲੱਗਦਾ ਮੰਨ ਲਓ ਉਹ ਆਪਣੇ ਕੁਆਟਰ ਚੋਂ ਤੁਰਦਾ ਕਿਉਂਕਿ ਦਿੱਲੀ ਦੇ ਵਿੱਚ ਘਰ ਤਾਂ ਨਹੀਂ ਹੁੰਦਾ ਆਮ ਕਰਮਚਾਰੀ ਦੇ ਕੋਈ ਕੁਆਟਰ ਹੁੰਦਾ ਹੈ ਉਹ ਆਪਣੇ ਕੁਆਟਰ ਦੇ ਵਿੱਚੋਂ ਤੁਰਦਾ ਤੇ ਉਹ ਘਰੋਂ ਉਸ ਬੰਦੇ ਦੀ ਧਰਮ ਪਤਨੀ ਆਵਾਜ਼ ਮਾਰ ਕੇ ਪੁੱਛਦੀ ਰੋਟੀ ਵਾਲਾ ਡੱਬਾ ਨਹੀਂ ਲੈ ਕੇ ਚੱਲੇ ਅੱਜ ਡਿਊਟੀ ਕਿੱਥੇ ਆ ਉਹ ਕਹਿੰਦੇ ਜੀ ਉਹ ਸੰਸਦ ਚ ਹੈ ਡਿਊਟੀ ਫਿਰ ਰੋਟੀ ਵਾਲਾ ਡੱਬਾ ਤਾਂ ਲੈ ਕੇ ਜਾਓ ਤੁਸੀਂ ਹਰ ਵਾਰੀ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਡਿਊਟੀ ਹੁੰਦੀ ਆ ਤੇ ਰੋਟੀ ਤੇ ਤੁਸੀਂ ਘਰੋਂ ਲੈ ਕੇ ਜਾਣੇ ਉਹ ਕਹਿੰਨੇ ਨਹੀਂ 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 ਉਹ ਪੋਸ ਪਾਰਲੀਮੈਂਟ ਚ ਨਹੀਂ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਡਿਊਟੀ ਆ ਉਹ ਲੰਗਰ ਪਹਿਲਾਂ ਸਾਨੂੰ ਸਿਖਾਉਂਦੇ ਆ ਉਹ ਬੀਬੀ ਵੀ ਕਹਿੰਦੀ ਹੋਣੀ ਆਹੋ ਮੈਂ ਅੱਗੇ ਕਹਾ ਅੱਗੇ ਤੇ ਜਿੰਨੀ ਵਾਰੀ ਤੁਸੀਂ ਗੱਲ ਕਰਦੇ ਹੋ ਇਹ ਪੁਰਾਣੀ ਪਾਰਲੀਮੈਂਟ ਦੀ ਗੱਲ ਕਰਦੇ ਹੋ ਤਾਂ ਸਾਰਾ ਕੁਝ ਆਪ ਹੀ ਖਾ ਖੋ ਜਾਂਦੇ ਆ ਇਹ ਵੀ ਹੋ ਸਕਦਾ ਵੀ 5-4 ਦਿਨ ਉੱਥੇ ਡਿਊਟੀ ਲੱਗਣ ਤੋਂ ਬਾਅਦ ਸ਼ਾਮ ਨੂੰ ਭਾਈ ਸਾਹਿਬ ਡੱਬਾ ਲੈ ਜਾਣ ਆਹ ਨਾ ਦਾਲ ਬੜੀ ਸੁਆਦ ਸੀ ਮੈਂ ਸੋਚਿਆ ਤੁਹਾਡੇ ਲਈ ਲੈ ਚਾਣਾ ਇਦਾਂ ਦੀ ਬਣਾਇਆ ਕਰ ਸੰਦਾਲੇ ਸਪੀ ਵੀ ਹੋ ਸਕਦਾ ਮਾਰੋ ਮਾਰ ਹੋ ਜਵੇ ਜੇ ਕਿਸੇ ਦੀ ਡਿਊਟੀ ਕੱਟ ਕੇ ਕਹਿਣ ਕਿ ਭਾਈ ਅਸਲੀ ਪਾਰਲੀਮੈਂਟ ਵਾਲ ਲੱਗਣੀ ਹੈ ਸਫਾਰਸ਼ਾਂ ਚੱਲ ਉਹ ਨਹੀਂ ਜੀ ਉੱਥੇ ਹੀ ਲਾ ਦਿਓ ਨਾਲੇ ਤਾਂ ਗੱਲਾਂ ਸਿਆਣੀਆਂ ਕਰਦੇ ਆ ਨਾਲੇ ਬੰਦੇ ਵਧੀਆ ਨਾਲੇ ਚੱਕੇ ਅੰਦਰੋਂ ਬਾਹਰ ਨਹੀਂ ਲਿਆਉਣੇ ਪੈਂਦੇ ਕਿ ਭਾਈ ਇਹਨਾਂ ਨੂੰ ਬਾਹਰ ਛੱਡਿਆ ਰੋਲਾ ਪਾਉਂਦੇ ਆ ਨਾ ਉੱਥੇ ਮਾਈਕ ਟੁੱਟ ਕੇ ਕਿਸੇ ਦੇ ਸਿਰ ਤੇ ਵੱਜਣ ਦਾ ਉੱਥੇ ਤਾਂ ਚਾਹ ਸ਼ਕਣੀ ਹੈ ਚਾਹ ਸ਼ਕੋ ਲੰਗਰ ਛਕਣਾ ਹੈ ਲੰਗਰ ਛਕੋ ਸਤਕਾਰ ਨਾ ਬੋਲਦੇ ਆ ਹਾਂ ਨਾਲੇ ਇਹ ਵੀ ਕੋਈ ਨਹੀਂ ਵੀ ਗਿੱਟੇ ਜੋੜ ਕੇ ਸਲੂਟ ਵੀ ਨਹੀਂ ਮਾਰਨਾ ਪਾਣਾ ਨਾ ਹਰੇਕ ਨੂੰ ਤੁਰੇ ਤੁਰੇ ਜਾਂਦੇ ਆ ਤਾਂ ਕੀ ਉਹਨਾਂ ਦਾ ਯਾਰ ਅੱਜ ਜਾ ਵੀ ਆਇਆ ਹੀ ਹੋ ਸਕਦਾ ਗੱਲਾਂ ਕਰਦੇ ਹੋਣ ਉਹ ਕਿਉਂਕਿ ਮੈਂ ਇੱਕ ਦੋ ਵਾਰਾਂ ਇੱਥੇ ਲੋਕਲ ਲੀਡਰਾਂ ਦੇ ਤੌਰ ਤੇ ਦੇਖਿਆ ਮੁਲਾਜਮਾਂ ਉਹ ਆਣਾ ਵੇਖ ਕੇ ਪਤਾ ਏ ਰਖਣਗੇ ਤੇਰਾ ਭਲਾ ਜੀ ਮਹਾਰਾਜ ਜੀ ਦੇਖ ਲਓ ਕਿਨੂੰ ਕਿਨੂੰ ਪਾਗਲਾ ਦਿੰਦਾ ਸੰਦਾਰੀ ਸਭ ਵੀ ਹੋ ਸਕਦਾ ਕਿ ਉੱਥੇ ਬੈਠੇ ਗੱਲਾਂ ਕਰਦੇ ਹੋਣ ਦੋ ਜਣੇ ਡੰਡੇ ਫੜਿਓ ਜਾਂ ਬੰਦੂਕਾਂ ਫੜੀਆਂ ਯਾਰ ਆ ਵੀ ਬੰਦਾ ਸਿਆਣੀ ਗੱਲ ਕਰਕੇ ਗਿਆ ਉਹ ਪਰਲੇ ਪਾਸੇ ਜਿਹੜੇ ਬੈਠੇ ਉਹ ਵੀ ਸਿਆਣੀ ਕਰਕੇ ਗਿਆ ਸੀ ਆ ਹੁਣ ਜਿਹੜਾ ਬੋਲਣ ਲੱਗਾ ਗੱਲ ਤੇ ਇੰਨੇ ਵੀ 5-7 ਪੇਪਰ ਫੜਿਓ ਆ ਗੱਲਾਂ ਇੰਨੇ ਵੀ ਸਿਆਣੀਆਂ ਕਰਨੀਆਂ ਆ ਉਹ ਯਾਰ ਉੱਥੇ ਵੀ ਇਦਾਂ ਦਾ ਕੋਈ ਹੁੰਦਾ ਕਦੀ ਤੈਨੂੰ ਤੁਸੀਂ ਹਕੁੰਦਾ ਮੈਨੂੰ ਨਹੀਂ ਦੱਸਿਆ ਚਲੋ ਇਹ ਕਿਸਾਨ ਪਾਰਲੀਮੈਂਟ ਦਾ ਮੇਰੇ ਖਿਆਲ ਨਾਲ ਜੇ ਇਸ ਹਾਂ ਉਹਨਾ ਸੈਸ਼ਨ ਚੱਲੀ ਜਾਣਾ ਜਿਹਨੇ ਨੇ ਇਧਰ ਛੁੱਟੀ ਹੋਊਗੀ ਉਹਨਾਂ ਦਿਨ ਉਹਨਾਂ ਨੇ ਛੁੱਟੀ ਕਰ ਲੈਣੀ ਆ ਤੇ ਜਿਵੇਂ ਜਿਵੇਂ ਵੀ ਉੱਥੇ ਲੀਡਰ ਇਕੱਠੇ ਹੋਣਗੇ ਉਦਾ ਉਦਾ ਆਉਣਗੇ ਪਰ ਕారణ ਇਹ ਆ ਕਿ ਇਹ ਕਿਸਾਨ ਪਾਰਲੀਮੈਂਟ ਦਾ ਬਣਾਣਾ ਜਾਂ ਉੱਥੇ ਇੱਕ ਤਰ੍ਹਾਂ ਨਾਲ ਕੋ ਲੋਕ ਵੀ ਇੱਕ ਇੱਕ ਨਾਟਕੀ ਰੂਪ ਦੇ ਵਿੱਚ ਆਪਣਾ ਇੱਕ ਖੇਤੀ ਮੰਤਰੀ ਬਣਾਉਣਾ ਫਿਰ ਉਸ ਤੋਂ ਬਾਅਦ ਸਵਾਲ ਜਵਾਬ ਕਰਨੇ ਫਿਰ ਖੇਤੀ ਮੰਤਰੀ ਦਾ ਅਸਤੀਫਾ ਦੇ ਜਾਣਾ ਇਹ ਮੇਰੇ ਖਿਆਲ ਨਾਲ ਜਿਹੜੇ ਵਿਦਰੋਹ ਵਿਰੋਧ ਕਰਨ ਦੇ ਜਾਂ ਅੰਦੋਲਨ ਕਰਦੇ ਨਵੇਂ ਢੰਗ ਤਰੀਕੇ ਇਸ ਵਾਰ ਮੇਰੇ ਖਿਆਲ ਨਾਲ ਕਿਸਾਨ ਅੰਦੋਲਨ ਨਾਲ ਨੂੰ ਦਿਖਾਏ ਜਾ ਰਹੇ ਆ ਉਹ ਹੈ ਤਾਂ ਕਾਬਲੇ ਤਾਰੀਫ ਕਿ ਨਹੀਂ ਇਹ ਬਹੁਤ ਸਾਰੇ ਲੋਕਾਂ ਦੀ ਸੋਚ ਤੋਂ ਪਰੇ ਵਾਲੀ ਗੱਲ ਹੈ ਕਿ ਇਦਾਂ ਵੀ ਹੋ ਸਕਦਾ ਤੁਸੀਂ ਇਹ ਦੇਖੋ ਕਿ ਹੁਣ ਸ਼ਨੀਵਾਰ ਐਤਵਾਰ ਦੀ ਛੁੱਟੀ ਆ ਨਾ ਪਾਰਲੀਮੈਂਟ ਚ ਕਿਸਾਨਾਂ ਆ ਵੀ ਕਰਨੀ ਆ ਸੋਮਵਾਰ ਨੂੰ ਬੀਬੀਆਂ ਜਾਣਗੀਆਂ ਹਾਂ ਦੋ ਤਿੰਨ ਚਾਰ ਕਿਸਾਨ ਲੀਡਰ ਜਾਣਗੇ ਕਿਉਂਕਿ ਕੋਈ ਹਵੀ ਨਵੀ ਹੋ ਜਾਂਦੀ ਹੈ ਸਥਿਤੀ ਸੰਭਾਲਣੀ ਪੈਂਦੀ ਹੈ ਨਹੀਂ ਤਾਂ ਇੱਕ ਦਿਨ ਦੀਆਂ ਐਮਪੀ ਬੀਬੀਆਂ ਹੀ ਹੋਣਗੀਆਂ ਤੇ ਉੱਥੇ ਹੁਣ ਗੱਲ ਪਤਾ ਕੀ ਚੱਲਣੀ ਆ ਇਹ ਜਦੋਂ ਕਿਸਾਨ 3800 ਕਿਸਾਨ ਹੋ ਜਾਣਾ ਉਦੋਂ ਤੱਕ ਜੇ ਪਾਰਲੀਮੈਂਟ ਦਾ ਸੈਸ਼ਨ ਨਾ ਵਧਿਆ ਇਹਨਾਂ ਨੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਜਾਣਾ ਨਾ ਤੇ ਜਿਹੜੇ ਲੋਕਾਂ ਨੇ ਇੱਕ ਦੂਜੇ ਨੂੰ ਕਿਆ ਕਰਨਾ ਉਹ ਐਮਪੀ ਸਾਹਿਬ ਆ ਗਏ ਐਮਪੀ ਸਾਹਿਬ ਆ ਗਏ ਤੇ ਜਿਹੜਾ ਖੇਤੀਬਾੜੀ ਮੰਤਰੀ ਹੁਣ ਮੰਤਰੀ ਸਾਹਿਬ ਆ ਗਏ ਮੰਤਰੀ ਸਾਹਿਬ ਹੁਣ ਤਾਂ ਨਾ ਪੱਕੇ ਮੰਤਰੀ ਬੈਜਣੇ ਮੈਂ ਸਵੇਰ ਵਾਲੇ ਪ੍ਰੋਗਰਾਮ ਚ ਗੱਲ ਕਰਦਾ ਸੀ ਕਿਹੜਾ ਥਾਂ ਖਾਲੀ ਕਰੋ ਯਾਰ ਥੋੜਾ ਜਿਆ ਉੱਚਾ ਕਰੋ ਜਿਹੜਾ ਕੀ ਹੋਇਆ ਐਮਪੀ ਸਾਹਿਬ ਆਏ ਆ ਇਹ ਮੈਨੂੰ ਤਾਂ ਇਹ ਵੀ ਲੱਗਦਾ ਆ ਕਿ ਵੀ ਹੋ ਸਕਦਾ ਅਜੇ 13 ਅਗਸਤ ਬੜ ਪ੍ਰਧਾਨ ਮੰਤਰੀ ਦਾ ਅਸਦੀਭ ਵੀ ਅਗਲੇ ਦਬਾਉਣ ਨਹੀਂ ਹੋ ਸਕਦਾ ਹੋ ਸਕਦਾ ਹੋ ਸਕਦਾ ਸਰਕਾਰ ਸੰਧਾਲੀਆ ਸਭ ਮੈਨੂੰ ਖੋਰ ਗੱਲ ਲੱਗਦੀ ਹਾਂ ਪੰਜਾਬ ਦੀ ਵਿਧਾਨ ਸਭਾ ਚੋਣ ਨੇੜੇ ਆ ਪੰਜਾਬ ਦੇ ਲੋਕਾਂ ਦੇ ਲਈ ਤੇ ਪਾਰਲੀਮੈਂਟ ਬਹੁਤ ਵਧੀਆ ਹੋ ਸਕਦਾ ਕਿ ਉੱਥੇ ਕੋਈ ਕਿਸੇ ਪਾਰਟੀ ਦੇ ਉਮੀਦਵਾਰ ਆਉਣ ਵਿਧਾਇਕ ਮੰਤਰੀ ਕੋਈ ਵੀ ਆਵੇ ਤੇ ਉੱਥੇ ਕਹਿਣ ਕਿ ਆਓ ਜੀ ਆਓ ਜੀ ਚਾਹ ਸ਼ਕੋ ਜੀ ਜਿੱਦਾਂ ਉਹ ਬਾਕੀਆਂ ਨੂੰ ਛਕਾਉਂਦੇ ਆ ਲੜਦੇ ਥੋੜੀ ਹੈ ਤੇ ਲੋਕਾਂ ਦੇ ਲਈ ਵੀ ਪੰਜਾਬ ਦੇ ਲਈ ਸੋਚਣ ਵਾਲੀ ਗੱਲ ਹੈ ਕਿ ਭਾਈ ਕਿਸੇ ਦੀ ਗੱਲ ਨਹੀਂ ਪਹਿਣਾ ਕਿਸੇ ਨੂੰ ਭਦੀ ਸ਼ਬਦਾਵਲੀ ਨਹੀਂ ਬੋਲਣੀ ਲੜਨਾ ਨਹੀਂ हां हो ਸਕਦਾ ਕਿ ਉਸ ਲਈ ਐਮਐਲਏ ਸਾਹਿਬ ਥੋੜਾ ਜਿਹਾ ਹੈਰਾਨ ਹੋ ਜਾਣ ਤੇ ਜਦੋਂ ਸਪੀਕਰ ਦੇ ਵਿੱਚ ਪਿੰਡ ਵਾਲੇ ਕਹਿਣਗੇ ਐਮਐਲਏ ਸਾਹਿਬ ਆਏ ਆ ਜਾਂ ਫਲਾਨੀ ਪਾਰਟੀ ਦੇ ਉਮੀਦਵਾਰ ਆਏ ਆ ਉਹਨਾਂ ਨੂੰ ਹੁਣ ਪਿੰਡ ਵਾਲਿਆਂ ਵੱਲੋਂ ਸਵਾਲ ਐਮਪੀ ਸਾਹਿਬ ਪੁੱਛਣਗੇ ਕਿਉਂਕਿ ਪਿੰਡ ਵਾਲਿਆਂ ਦਾ ਤਾਂ ਬੰਦਾ ਐਮਪੀ ਹੋਣਾ ਜਿਹੜਾ ਉੱਥੇ ਬੋਲ ਕੇ ਆਇਆ ਆਉਗਣਾ ਭਰਾਵਾ ਸਾਡੇ ਨਾਲ ਉਥੇ ਫੇ ਐਮਐਲ ਆ ਗਿਆ ਉਹਨੂੰ ਫੇ ਐਮਪੀ ਨੇ ਸਵਾਲ ਪੁੱਛੇ ਵਹੀ ਬੜੀ ਨੇਰੀ ਲੈਂਦੀ ਉਹਨੇ ਹੈਨਾ ਕਿਹੜਾ ਐਮਪੀ ਕਿਥੇ ਲੋਕਾਂ ਚ ਬੈਠਾ ਸੀ ਆ ਲੋਕਾਂ ਚ ਬੈਠਾ ਚਲੋ ਇਹ ਇਹ ਤਾਂ ਗੱਲ ਹੈਗੀ ਵੀ ਇਹ ਨਵੇਕਲੇ ਢਾਂਗ ਤਰੀਕੇ ਨਾਲ ਜਿਸ ਹਿਸਾਬ ਨਾਲ ਆਇਤ ਕੀ ਇਹ ਕੰਮ ਚੱਲ ਰਿਹਾ ਪਰ ਦੂਜੇ ਪਾਸੇ ਜਿੱਥੇ ਕੰਮ ਚੱਲਣਾ ਚਾਹੀਦਾ ਅਸਲ ਪਾਰਲੀਮੈਂਟ ਦੇ ਵਿੱਚ ਉਥੇ ਫੇ ਕੰਮ ਨਹੀਂ ਚੱਲਿਆ ਨਹੀਂ ਉਹ ਕੋਈ ਹੈਰਾਨੀ ਥੋੜਾ ਉਥੇ ਤਾਂ ਚੱਲਦਾ ਹੀ ਨਹੀਂ ਹੁੰਦਾ ਨੀ ਪਰ ਐ ਕਿਤੇ ਜਦੈ ਨੂੰ ਗੱਲ ਲਗਾਤਾਰ ਕੋਈ ਕੰਮ ਨਹੀਂ ਨਹੀਂ ਉੱਥੇ ਤਾਂ ਕੰਮ ਕੋਈ ਨਹੀਂ ਆਹ ਤਾਂ ਬਿਮਾਰੀ ਗੱਲ ਆ ਨਾ ਵੀ ਕੰਮ ਕੋਈ ਨਹੀਂ ਅਗਲੇ ਮਰਾ ਸਵੇਰੇ ਉੱਠਦੇ ਨਹੀਂ ਤਿਆਰ ਹੁੰਦੇ ਨੇ ਕਾਰ ਚ ਬਹਿੰਦੇ ਨੇ ਤਾਂ ਕਿ ਭਾਵੇਂ ਕੋਈ ਖੋਲਦਾ ਫਿਰ ਉੱਠ ਕੇ ਉੱਥੇ ਜਾਂਦੇ ਨੇ ਰੌਲਾ ਰੱਪਾ ਪੈਂਦਾ ਫੇ ਬਾਹਰ ਤਖਤੀਆਂ ਲੈ ਕੇ ਖੜਦੇ ਨੇ ਕੋਈ ਬੰਦਾ ਮੁਜ਼ਾਰੇ ਕਰਦਾ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲ ਕਰਨੀ ਪੈਂਦੀ ਹੈ ਉਹ ਬਖਰੀ ਗੱਲ ਹੈ ਕਿ ਲੋਕਾਂ ਦੇ ਪੱਖ ਤੋਂ ਕੋਈ ਕੰਮ ਨਹੀਂ ਹੋਇਆ ਉਹਨਾਂ ਨੇ ਤਾਂ ਕੋਰਮ ਪੂਰਾ ਕੀਤਾ ਕਿ ਨਹੀਂ ਕੀਤਾ ਨਹੀਂ ਕੀਤਾ ਫਿਰ ਤਾਂ ਵੈਸੇ ਤਰਾਜ ਪ੍ਰਗਟ ਕੀਤਾ ਭਗਵੰਤ ਮਾਨ ਹੋਰਾਂ ਨੇ ਉਹ ਕਹਿੰਦੇ ਦੇਖੋ ਚੌਥੀ ਵਾਰ ਮੈਂ ਲਗਾਤਾਰ ਕੰਮ ਰੋਕੂ ਮਤਾ ਲਿਆਂਦਾ ਕਿਸੇ ਨਹੀਂ ਮੰਨੇ ਕਹਿੰਦੇ ਮੇਰਾ ਮਤਲਬ ਹੁਣ ਬੰਦਾ ਆਪਣੇ ਹੰਦੇ ਠੀਕ ਹੁਣ ਹੈ ਹੀ ਕੱਲਾ ਵਿਚਾਰਾ ਮੰਨੇ ਕੌਣ ਉਹਦੀ ਨਹੀਂ ਨਹੀਂ ਭਗਵੰਤ ਮਾਨ ਹੋਰਾਂ ਨੂੰ ਚਾਹੀਦਾ ਕਿ ਜੇ ਛੇਤੀ ਨਿਬੇੜ ਦਿੰਦੇ ਕੰਮ ਕਬਤਾ ਬਣਾ ਹਾਂ ਨਹੀਂ ਪਰ ਬੋਲਣ ਦਾ ਮੌਕਾ ਤੇ ਦਿਨ ਰੌਲਾ ਤੇ ਆ ਨਹੀਂ ਬਾਹਰ ਬੋਲਦੇ ਹਣੇ ਜੇ ਉੱਥੇ ਨਹੀਂ ਤਾਂ ਕਿਸਾਨ ਆਲੀ ਪਾਰਲੀਮੈਂਟ ਦਾ ਨੂੰ ਭੇਜ ਦੇਣ ਕੇ ਪਾਈ ਆ ਕੋਈ ਬੰਦਾ ਬੋਲਦੇ ਹੋ ਲਿਖਤੋਂ ਭਗਵੰਤ ਮਾਨ ਨਹੀਂ ਫਿਰ ਉਹ ਬਿਆਨ ਨਹੀਂ ਦਿੱਤਾ ਜਾਣਾ ਨਾ ਅੱਛਾ ਮੈਂ ਕੱਲਾ ਅੰਦਰ ਸੀ ਅਕਾਲੀ ਦਲ ਵੀ ਬਾਹਰ ਸੀ ਆ ਕਾਂਗਰਸ ਵਾਲੇ ਵੀ ਬਾਹਰ ਸੀ ਇਹ ਤਾਂ ਚੰਡੀਗੜ੍ਹ ਸੀ ਹਾਂ ਇਹ ਇਹਨਾਂ ਨੂੰ ਆਪਣੇ ਪ੍ਰਧਾਨ ਉਹ ਕਿਹਾ ਉਹ ਬੰਦੇ ਨੇ ਵੈਸੇ ਉਹ ਕਹਿੰਦੇ ਇਹਨਾਂ ਨੂੰ ਆਪਣੇ ਪ੍ਰਧਾਨ ਦੀ ਪਈ ਹੈ ਵੀ ਕਿਹਨੂੰ ਕੁਰਸੀ ਦੇਣੀ ਹੈ ਕਿਹਨੂੰ ਕੁਰਸੀ ਨਹੀਂ ਦੇਣੀ ਠੀਕ ਆ ਤੁਸੀਂ ਕਰੀ ਜਾਓ ਲੋੜ ਤੁਹਾਡੀ ਅੱਜ ਇੱਥੇ ਆ ਤੇ ਤੁਸੀਂ ਪ੍ਰਧਾਨਗੀ ਦੇ ਮਗਰ ਪਏ ਨਹੀਂ ਉਹ ਤਾਂ ਕਾਂਗਰਸੀਆਂ ਨੂੰ ਵੈਸੇ ਚਾਹੀਦਾ ਸੀ ਕਿ ਐਮਪੀ ਇਕੱਠੇ ਹੋ ਕੇ ਵੀਡੀਓ ਕਾਲ ਦੇ ਉੱਤੇ ਕਹਿੰਦੇ ਕਿ ਭਾਈ ਅੱਜਕੱਲ ਤਾਂ ਬਹੁਤ ਹੁੰਦਾ ਵਿਆਹ ਹੁੰਦੇ ਆ ਕੋਵਿਡ ਦੇ ਕਰਕੇ ਕੋਈ ਪਰਿਵਾਰ ਦਾ ਮੈਂਬਰ ਕਿਸੇ ਦੇਸ਼ ਫਸਿਆ ਤੇ ਉਹਨੂੰ ਲਾਈਨ ਤੇ ਲੈ ਲੈਂਦੇ ਵੀਡੀਓ ਕਾਲ ਦੇ ਉੱਤੇ ਕਾਂਗਰਸੀ ਐਮਪੀਜ਼ ਨੂੰ ਚਾਹੀਦਾ ਸੀ ਕਿ ਚੰਡੀਗੜ੍ਹ ਨਾ ਜਾਂਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਹਾਜ਼ਰੀ ਲਵਾਉਂਦੇ ਕਿਸਾਨਾਂ ਦੇ ਪੱਖ ਚ ਬੋਲਦੇ ਉਥੇ ਗਰਮੀ ਚ ਚੰਡੀਗੜ੍ਹ ਜਾ ਕੇ ਕੀ ਕਰਨਾ ਸੀ ਇੱਥੇ ਤਾਂ ਸਗੋਂ ਪਾਰਲੀਮੈਂਟ ਦੇ ਅੰਦਰ ਸੁੱਖ ਨਾਲ ਈਜ਼ੀ ਲੱਗੇ ਹੁੰਦੇ ਆ ਇੱਕ ਤਾਂ ਲੋਕਾਂ ਨੂੰ ਈ ਲੱਗਦਾ ਹੁਣ ਅਕਾਲੀ ਦਲ ਵਾਲੇ ਵੀ ਹੱਥ ਧੋ ਕੇ ਪਿੱਛੇ ਪੈ ਗਏ ਬੀਬੀ ਬਾਦਲ ਨੇ ਵੀ ਕਿਹਾ ਉਹ ਕਹਿੰਦੇ ਦੇਖਿਆ ਕਿਸਾਨਾਂ ਕਿਸੋਨਾਂ ਦਾ ਹਿੱਤ ਨਹੀਂ ਹੈਗਾ ਰੌਲਾ ਹੀ ਪਾਉਂਦੇ ਆ ਅਸੀਂ ਇੱਥੇ ਬੈਠੇ ਆ ਇਹਨਾਂ ਨੂੰ ਆਪਣੇ ਪ੍ਰਧਾਨ ਦੀ ਤਾਜਪੋਸ਼ੀ ਦਾ ਪਿਆ ਇਹ ਚੰਡੀਗੜ੍ਹ ਆਮ ਆਦਮੀ ਪਾਰਟੀ ਵਾਲੇ ਨੇ ਵੀ ਕਿਹਾ ਹੁਣ ਕਾਂਗਰਸ ਪਾਰਟੀ ਨੂੰ ਥੋੜਾ ਜਿਹਾ ਜਵਾਬ ਇਸ ਮੁੱਦੇ ਤੇ ਦੇਣਾ ਪਊਗਾ ਕਿਉਂਕਿ ਕਿਸਾਨਾਂ ਦੀ ਪਾਰਲੀਮੈਂਟ ਵਿੱਚ ਵੀ ਉਹਨਾਂ ਨੇ ਕਿਹਾ ਕਿ ਪੁੱਛਾਂਗੇ ਜ਼ਰੂਰ ਕਿ ਤੁਹਾਡੀ ਡਿਊਟੀ ਤਾਂ ਇੱਥੇ ਲਾਈ ਸੀ ਵਿਰੋਧੀ ਦੇ ਰਾਣੇ ਤੁਸੀਂ ਤੁਸੀਂ ਕਿਨੂੰ ਪੁੱਛ ਕੇ ਚੰਡੀਗੜ੍ਹ ਗਏ ਜੇ ਬਹੁਤਾ ਜ਼ਰੂਰੀ ਸੀ ਸ਼ਨੀਵਾਰ ਰੱਖ ਲੈਂਦੇ ਉਦੋਂ ਵੱਧ ਜ਼ਰੂਰੀ ਸੀ ਐਤਵਾਰ ਰੱਖ ਲੈਂਦੇ ਉਸ ਦਿਨ ਕਿਹਾ ਪਾਰਲੀਮੈਂਟ ਲੱਗਣੀ ਸੀ ਜਾਣ ਬੁੱਝ ਕੇ ਖਰਾਬ ਨਾ ਕਰੋ ਨਹੀਂ ਪਰ ਇੱਕ ਗੱਲ ਹੈ ਮੈਨੂੰ ਇਹ ਵੀ ਜਾਪਦਾ ਵੀ ਹੋ ਸਕਦਾ ਵਿਚਾਰੇ ਉਹ ਮਾਰੀ ਦੇ ਹੀ ਗਏ ਹੁਣ ਕਿਉਂਕਿ ਉਹ ਕਹਿੰਦੇ ਹੁਣ ਉਹ ਵੀ ਭਰਾਵਾ ਅੱਗੇ ਤੇ ਉੱਥੇ ਰੌਲਾ ਪੈਣ ਡਿਆ ਫਲਾਨਾ ਫਲਾਨੇ ਨਾਲ ਨਾਰਾਜ਼ੀ ਟੀੜਾ ਟੀੜੇ ਨਾਲ ਨਾਰਾਜ਼ੀ ਜੇ ਆਪਾਂ ਨਾ ਗਏ ਨਾ ਤੇ ਅਗਲੇ ਦਿਨ ਆਪਣਾ ਹੀ ਨਾਂ ਤੇ ਉਹਨਾਂ ਨੇ ਕੈਪਟਨ ਸਾਹਿਬ ਨੇ ਐਮਪੀ ਨਹੀਂ ਹਉਣ ਦਿੱਤੇ ਉਹ ਕਹਿੰਦੇ ਤੁਸੀਂ ਨਾ ਬੜੇ ਹੋ ਇੱਥੇ ਥੋੜਾ ਜਿਹਾ ਤੇ ਪਤਾ ਲੱਗੇ ਵੀ ਹਾਂ ਭਾਈ ਸਾਹਿਬ ਮੇਰੀ ਵੀ ਕੋ ਚੱਲਦੀ ਹੈ ਕਹੇ ਤੇ ਚੱਲਦੇ ਹੈਨਾ ਕਈ ਐਮਪੀ ਇਦਾਂ ਦੇ ਵੀ ਹੋਣੇ ਉਹ ਕਹਿੰਦੇ ਹੁਣੇ ਯਾਰ ਜੇ ਜੇ ਜਾਈਏ ਤਾਂ ਇਧਰੋਂ ਕਿਸਾਨ ਔਖੇ ਨਾ ਜਾਈਏ ਤਾਂ ਕੱਲੂ ਸਿੱਧੂ ਸਾਹਿਬ ਨਾਲ ਸੋਚਣ ਕਿ ਪਾਈ ਆਏ ਨਹੀਂ ਮੇਰੇ ਨਾਲ ਗੁੱਸੇ ਲੱਗਦੇ ਆ ਪਰ ਇੱਕ ਬਾਅਦ ਦੇ ਵਿੱਚ ਬੰਦੇ ਸਿਆਣੇ ਨੇ ਸਲਾਹ ਦਿੱਤੀ ਹਣੀ ਉਹ ਕਹਿੰਦੇ ਨੇ ਯਾਰ ਟਿਕਟਾਂ ਟੋਕਟਾਂ ਅੱਜ ਕੱਲ ਉਹਦੋਂ ਹੀ ਮਿਲਣੀਆਂ ਜੇ ਟਿਕਟੀ ਨਾ ਮਿਲੀ ਤੇ ਫਿਰ ਵੋਟਾਂ ਵਾਲੇ ਕਦੋਂ ਜਾਵਾਂਗੇ ਵੋਟਾਂ ਵਾਲੇ ਤੇ ਚਲ ਫਿਰ ਵੀ ਮਨਾ ਲਵਾਂ ਚਲੋ ਜੇ ਹੁਣ ਕਾਂਗਰਸ ਦੀ ਗੱਲ ਚਲਾ ਹੀ ਲਈ ਆ ਤੇ ਸਿੱਧੂ ਸਾਹਿਬ ਦੀ ਪ੍ਰਧਾਨਗੀ ਦੇ ਸਮਾਗਮ ਦੀ ਗੱਲ ਵੀ ਕਰਨੀ ਪਈ ਆ ਆਜੋ ਕਰੀਏ ਫਿਰ ਮੈਂ ਕਰਦਾ ਜੀ ਚਲੋ ਮੈਨੂੰ ਇਹ ਸਿਗਾ ਕਿ ਸਿਆਣੇ ਹੱਥੀ ਤੁਸੀਂ ਸ਼ੁਰੂ ਕਰਨਾ ਜਾ ਕੇ ਆਏ ਹੋ ਹੱਥੀ ਬੱਧੀ ਉੱਥੇ ਤੁਸੀਂ ਚਲੋ ਸੰਧਾਲੀਆ ਸਾਹਿਬ ਪਹਿਲੀ ਗੱਲ ਇਹ ਕਿ ਕੋਈ ਵੀ ਬੰਦਾ ਉਹਨੂੰ ਕਿਸੇ ਵੀ ਤਰੀਕੇ ਸੋਚ ਸਕਦਾ ਸਾਰਿਆਂ ਨੂੰ ਇੱਕ ਗੱਲ ਪਤਾ ਲੱਗ ਗਈ ਕਿ ਉੱਥੇ ਦੋ ਬੰਦਿਆਂ ਦੇ ਭਾਸ਼ਣ ਜਿਹੜੇ ਆ ਬਹੁਤ ਧਿਆਨ ਮੰਗਦੇ ਸੀ ਇੱਕ ਸੁਨੀਲ ਜਾਖੜ ਦਾ ਤੇ ਦੂਸਰਾ ਨਵਜੋਤ ਸਿੰਘ ਸਿੱਧੂ ਦਾ ਹੂੰ ਇਹ ਦੋਨਾਂ ਬੰਦਿਆਂ ਦੇ ਭਾਸ਼ਣ ਇਸ ਕਰਕੇ ਨਹੀਂ ਧਿਆਨ ਮੰਗਦੇ ਮੈਂ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਬਣਾਉਣ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਨਾਂ ਵੀ ਆਉਂਦੇ ਜਾਂ ਆਏ ਵੀ ਪੰਜਾਬ ਦੇ ਲੋਕਾਂ ਨੂੰ ਨੌ ਤੇ ਪਾਉਣ ਜੋਗਾ ਫਾਇਦਾ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਕੁਰਸੀ ਤੇ ਕਿਹਨੇ ਬਿਠਾਇਆ ਕਿਹਨੇ ਨਹੀਂ ਬਿਠਾਇਆ ਸਾਈਨ ਉਹਨਾਂ ਨੇ ਪੰਜਾਬੀ ਚ ਕੀਤੇ ਕਿ ਅੰਗਰੇਜ਼ੀ ਚ ਕੀਤੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਗਏ ਪਰ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੋਈਆਂ ਤੇ ਜਿਹੜੀਆਂ ਹਰ ਪਾਰਟੀ ਜਿਹੜੀ ਪੰਜਾਬ ਦੇ ਨਾਲ ਸੰਬੰਧਤ ਹੈ ਉਹਦੇ ਪਲੇਟਫਾਰਮ ਤੇ ਹੋਣੀਆਂ ਚਾਹੀਦੀਆਂ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਕਿਸਾਨਾਂ ਨੇ ਪਾਰਲੀਮੈਂਟ ਲਾਈ ਹੈ ਕਿਸਾਨ ਰੋਜ਼ ਸਿਆਸੀ ਪਾਰਟੀਆਂ ਨੂੰ ਕਹਿੰਦੇ ਕਿ ਸਾਨੂੰ ਪਤਾ ਕੀ ਕਰਦੇ ਹੋ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਇਹਨਾਂ ਰਾਜਨੀਤਿਕ ਲੀਡਰਾਂ ਤੇ ਨਜ਼ਰ ਰੱਖਣੀ ਪਊਗੀ ਤੁਸੀਂ ਉਹਨਾਂ ਨੂੰ ਤੁਹਾਡੀਆਂ ਤਨਖਾਹਾਂ ਤੇ ਪੜਦੇ ਆ ਇਕੱਲੇ ਨਹੀਂ ਛੱਡ ਸਕਦੇ ਉੱਥੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਨੇ ਪੰਜਾਬ ਦੇ ਭੱਖ ਦੇ ਮੁੱਦੇ ਚੁੱਕੇ ਨਹੀਂ ਤਾਂ ਵਧਾਈਆਂ ਦੇ ਕੇ ਵੀ ਕੰਮ ਸਰ ਸਕਦਾ ਸੀ ਚੰਗੀ ਗੱਲ ਹੈ ਚੁੱਕੇ ਹੱਲ ਵੀ ਕਰਨ ਉਦੋਂ ਵੀ ਚੰਗਾ ਸੁਨੀਲ ਜਾਖੜ ਨੇ ਜਦੋਂ ਇਹ ਕਿਹਾ ਨਾ ਕਿ ਦੇਖੋ ਕੈਪਟਨ ਸਾਹਿਬ ਨੇ ਮੇਰੀ ਕੋਈ ਗੱਲ ਮੋੜੀ ਨਹੀਂ ਯਾਨੀ ਪੰਜਾਬ ਦੇ ਲੋਕ ਇੱਕ ਗੱਲ ਸਿੱਖਣ ਮੈਂ ਕਹਿੰਦਾ ਜਾਖੜ ਚੰਗਾ ਲੀਡਰ ਜਾਂ ਮਾੜਾ ਉਹ ਬਾਅਦ ਦੀ ਗੱਲ ਹੈ ਕਿਸੇ ਦੇ ਉਹਨਾਂ ਮਤ ਪਏਦ ਹੋ ਸਕਦੇ ਕਿਸੇ ਦੇ ਨਹੀਂ ਪਰ ਸੁਨੀਲ ਜਾਖੜ ਦੀ ਉਹ ਰਣਨੀਤੀ ਪੰਜਾਬ ਦੇ ਕੱਲੇ-ਕੱਲੇ ਬੰਦੇ ਨੂੰ ਅਪਣਾਉਣੀ ਚਾਹੀਦੀ ਹੈ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਨਾ ਕਿ ਕੈਪਟਨ ਸਾਹਿਬ ਨੇ ਮੇਰੀ ਗੱਲ ਨਹੀਂ ਮੋੜੀ ਮੈਂ ਇਸ ਗੱਲੋਂ ਇਹਨਾਂ ਦਾ ਰਿਣੀ ਆ ਸਾਰਿਆਂ ਨੇ ਲੱਗਾ ਲੱਗਾ ਵੀ ਬੰਦਾ ਸੇਫਤਾ ਕਰਨ ਪਰ ਬਾਅਦ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਨਹੀਂ ਭਰ ਸਕਿਆ ਮੈਂ ਕਾਂਗਰਸ ਦਾ ਪ੍ਰਧਾਨ ਹੋਣ ਦੇ ਬਾਵਜੂਦ ਵੀ ਆਪਣੇ ਕਾਂਗਰਸ ਦੇ ਵਰਕਰਾਂ ਦੀਆਂ ਆਸਾਂ ਤੇ ਖਰਾ ਨਹੀਂ ਉਤਰ ਸਕਿਆ ਹੁਣ ਜਾਖੜ ਸਾਹਿਬ ਨੇ ਕਿਹਾ ਉਹਨਾਂ ਦੇ ਘਰੇ ਜਾ ਕੇ ਚਾਹ ਬਣਾ ਕੇ ਦੇਣੀ ਸੀ ਖਰਾ ਨਹੀਂ ਉਤਰ ਸਕਿਆ ਜਾਨੀ ਕਿ ਜਿਹੜੇ ਵਾਅਦੇ ਕੀਤੇ ਅਸੀਂ ਪੂਰੇ ਨਹੀਂ ਕਰ ਸਕੇ ਉਹਨਾਂ ਨੇ ਵੀ ਕਿਹਾ ਅਨਫਿਨਿਸ਼ਡ ਅਜੰਡਾ ਛੱਡ ਕੇ ਚੱਲੇ ਆ ਸਿੱਧੂ ਸਾਹਿਬ ਤੁਹਾਡੇ ਲਈ ਕਿ ਜੋ ਅਜੰਡਾ ਸੀ ਮੇਰੇ ਤੋਂ ਪੂਰਾ ਨਹੀਂ ਹੋਇਆ ਪਹਿਲੀ ਗੱਲ ਹੈ ਕਿ ਕੋਈ ਲੀਡਰ ਇਦਾਂ ਭੁੱਲਦਾ ਨਹੀਂ ਦੂਸਰੀ ਗੱਲ ਪੰਜਾਬ ਦੇ ਲੋਕ ਸਮਝਣ ਕਾਰਾਂ ਦੇ ਸ਼ੀਸ਼ੇ ਭੰਨਣਾ ਨਹੀਂ ਚੰਗਾ ਉਹਨਾਂ ਨੂੰ ਕੱਪੜੇ ਪਾੜਨਾ ਨਹੀਂ ਚੰਗਾ ਸਵਾਲ ਪੁੱਛੋ ਤੇ ਸਵਾਲ ਵੀ ਇਦਾਂ ਲਪੇਟ ਕੇ ਪੁੱਛੋ ਕਿ ਅਗਲਾ ਜਾਬ ਨਾ ਸਕੇ ਤੇ ਉਹਨੂੰ ਉੱਤਰ ਵੀ ਕੋਈ ਨਾ ਆਵੇ ਹੁਣ ਜਾਖੜ ਸਾਹਿਬ ਨੇ ਕਿਹਾ ਉਹ ਕਹਿੰਦੇ रावत ਸਾਹਿਬ ਦਿੱਲੀ ਸੁਨੇਹਾ ਦੇ ਦਿਓ ਮੇਰਾ ਹਾਈ ਕਮਾਂਡ ਨੂੰ ਕਿ ਤੁਸੀਂ ਭਾਰਤ ਚ ਸਰਕਾਰ ਬਣਾਉਣ ਨੂੰ ਫਿਰਦੇ ਹੋ ਕਾਂਗਰਸੀ ਉਹ ਤਾਂ ਬਣਨੀ ਹੈ ਜੇ ਪੰਜਾਬ ਚ ਬਣੀ ਤੇ ਪੰਜਾਬ ਚ ਸਰਕਾਰ ਤਾਂ ਬਣਨੀ ਹੈ ਉਹਦਾ ਰਸਤਾ ਬਰਗਾੜੀ ਕੋਟਕਪੁਰਾ ਤੇ ਬਾਈਬਲ ਕਲਾਂ ਦੇ ਵਿੱਚੋਂ ਹੋ ਕੇ ਜਾਂਦਾ ਯਾਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦਾ ਇਨਸਾਫ ਦਿਓ ਇਹ ਵੀ ਕਹਿ ਦਿੱਤਾ ਕੈਪਟਨ ਸਾਹਬ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹਦਾ ਮਤਲਬ ਉਹ ਮੰਨਦੇ ਆ ਕਿ ਬੇਰ ਦੁੱਲੇ ਆ ਉਹ ਕਹਿੰਦੇ 5 ਮਹੀਨੇ ਤੁਹਾਡੇ ਕੋਲੇ ਹੈਗੇ ਆ ਕੰਮ ਕਰੋ ਨਹੀਂ ਥਾ ਲੋਕ ਗੋਡਾ ਬਹੁਤ ਫੇਰਨਗੇ ਹੁਣ ਆਪਣੀ ਪਾਰਟੀ ਦੀ ਸਟੇਜ ਤੋਂ ਜਦੋਂ ਸਾਰੇ ਪਾਰਟੀ ਦੇ ਵ代यक ਐਮਪੀ ਸਾਹਿਬका ਪ੍ਰਧਾਨ ਕੇਂਦਰ ਦੇ ਨੁਮਾਇंदे ਵੀ ਆਏ ਆ ਉਦੋਂ ਉਹ ਬੰਦਾ ਜਿਹੜਾ ਛੱਡ ਕੇ ਚੱਲਿਆ ਕੁਰਸੀ ਪ੍ਰਧਾਨਗੀ ਦੀ ਜੇ ਉਹ ਬੰਦਾ ਇਹ ਕਹਿ ਜਾਂਦਾ ਨਾ ਕਿ ਸਾਡੇ ਕੰਮ ਕਰਨ ਵਾਲੇ ਪਏ ਆ ਇਹਦਾ ਮਤਲਬ ਕਿ ਲੋਕਾਂ ਦਾ ਦਬਾਅ ਜਿਹੜਾ ਥਾਂ ਥਾਂ ਤੇ ਉਹ ਲੀਡਰਾਂ ਨੂੰ ਘੇਰ ਰਹੇ ਨੇ ਸਵਾਲ ਪੁੱਛ ਰਹੇ ਨੇ ਕਾਮੋਰ ਲਾ ਪਿਆ ਸੇ ਅਸੀਂ ਪਾਰਟੀਆਂ ਦੇ ਸਟੇਜਾਂ ਦੇ ਗੁੰਈਦਾ ਨਹੀਂ ਨਹੀਂ ਬਿਲਕੁਲ ਗੁੰਈਦਾ ਇੱਕ ਜਿਹੜੀ ਚੀਜ਼ ਜ਼ਿਆਦਾ ਮੇਰੇ ਖਿਆਲ ਤੇ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਉਹ ਕਹਿੰਦੇ ਵੀ ਦੇਖੋ ਕਾਲੀਆਂ ਨੂੰ ਲੈ ਕੇ ਵਹਿ ਗਿਆ ਰੈੱਡ ਕਾਰਪਟ ਤੇ ਸਾਨੂੰ ਲੈ ਕੇ ਵਹਿ ਗਈ ਰੈਡ ਟਿਪ ਹਮ ਹਮ ਆਫਿਸਰਸ ਦੀ ਹਣਾ ਉਹਨਾਂ ਰੈਡ ਟਿਪ ਤੋਂ ਬੰਦਾ ਉਹਨਾਂ ਨਾਲ ਵੀ ਬੂਟ ਰਹਿ ਲੈ ਕੇ ਸ਼ਾਇਦ ਵੀ ਕਦੀ ਕਾਲੀਆਂ ਨੇ ਕਾਂਗਰਸੀ ਨੇ ਬੂਟ ਪਾ ਲਏ ਸੀ ਹਮ ਹਮ ਰੈੱਡ ਕਾਰਪਟ ਦੀ ਗੱਲ ਕੀਤੀ ਵੀ ਜਦੋਂ ਇੱਥੇ ਲਾਲ ਗਲੀਚਾ ਵਿਛਾ ਕੇ ਕਹਿੰਦੇ ਦਰਬਾਰ ਸਾਹਿਬ ਗਏ ਸੀ ਭੰਗੜੇ ਪਾਉਂਦੇ ਤੇ ਇਹਨਾਂ ਨੂੰ ਚੇਤੇ ਹੀ ਭੁੱਲ ਗਿਆ ਵੀ ਭਾਈ ਸਾਹਿਬ ਸਾਡੀ ਰਾਜਕਾਜ ਦੇ ਵਿੱਚ ਆ ਉਦੋਂ ਬਾਅਦ ਕਹਿੰਦੇ ਵੀ ਜਿਹੜੀ ਇਹ ਲਾਲ ਫੀਤਾ ਸ਼ਾਈ ਅਫਸਰ ਸ਼ਾਈ ਉੱਪਰੋਂ ਕਹਿੰਦੇ ਕੈਪਟਨ ਸਾਹਿਬ ਤਾਂ ਕਹਿੰਦੇ ਸੀ ਹਾਂ ਵੀ ਫਲਾਨਾ ਫਲਾਨਾ ਕੰਮ ਕਰ ਦਿਓ ਤੇ ਜਦੋਂ ਕਿਤੇ ਮੈਂ ਬਾਅਦ ਚ ਪੁੱਛਣਾ ਜੀ ਉਹ ਕੰਮ ਉਹ ਕਹਿੰਦੇ ਫਾਈਲ ਫਲਾਨੇ ਥਾਂ ਗਈ ਹੈ ਉੱਥੇ ਉੱਥੋਂ ਤੱਕ ਗਈ ਹੈ ਜੀ ਹੁਣ ਫਲਾਨੇ ਦਫ਼ਤਰ ਚ ਗਈ ਹੈ ਉੱਥੋਂ ਉੱਥੋਂ ਵੀ ਫਲਾਨੇ ਦਫ਼ਤਰ ਚ ਗਈ ਹੈ ਹੁਣ ਇਹ ਰੋਸ ਉਹਨਾਂ ਦਾ ਦੇਖੋ ਵੀ ਜਿਦੇ ਮੇਰੇ ਮਨ ਨੂੰ ਯਾਦ ਹੈ ਵੀ ਜਦ ਇਹ ਸਰਕਾਰ ਨਵੀਂ ਨਵੀਂ ਤਤਤੀ ਤਾਜੀ ਬਣੀ ਸੀ ਉਦੋਂ ਵੀ ਇਹੀ ਸੀ ਅੱਧੇ ਜੇਚ ਵੀ ਇਹੀ ਸੀ ਤੇ ਹੁਣ ਸਰਕਾਰ ਦਾ ਜਦੋਂ ਸੂਰਜ ਛਿਪਣਾ ਆਲਾ ਉਦੋਂ ਵੀ ਜੀ ਜਾਖੜ ਸਾਹਿਬ ਯਾਨੀ ਕਿ ਉਹ ਪ੍ਰਧਾਨ ਕਾਂਗਰਸ ਦਾ ਜਿੰਨੇ ਜਿੱਤੇ ਕਹਿੰਦੇ ਵੀ ਹਾਂ ਜੀ ਕੋਈ ਉਂਗਲ ਨਹੀਂ ਉਠਾਉਂਦਾ ਉਹ ਪ੍ਰਧਾਨ ਵਿਚਾਰਾ ਉਹੀ ਗੱਲ ਕਰੀ ਜਾਵੇ ਵੀ ਮਾਰਾ ਤੁਹਾਡੀ ਸਰਕਾਰ ਤੇ ਤੁਹਾਡੇ ਅਫਸਰ ਨਹੀਂ ਮੰਨਦੇ ਰਹੇ ਤੇ ਤੁਸੀਂ ਇਹ ਤੁਹਾਡੀ ਕਿਹੜੀ ਗੱਲ ਹੋ ਸੀ ਨਮੋਸ਼ੀ ਵਾਲੀ ਸੰਧਾਲੀਆ ਸਾਹਿਬ ਬਹੁਤ ਵੱਡੀ ਨਮੋਸ਼ੀ ਵੀ ਆ ਤੇ ਕੈਪਟਨ ਸਾਹਿਬ ਉਹਨਾਂ ਤੋਂ ਠੀਕ ਬਾਅਦ ਬੋਲੇ ਤੇ ਕਹਿੰਦੇ ਪਤਾ ਕੀ ਹੋ ਸਕਦਾ ਦਾ ਵੀ ਉਹਨਾਂ ਦੇ ਠੀਕ ਹੋਣੇ ਤਾਂ ਪਰਿਵਾਰ ਦੇ ਮੈਂਬਰ ਦੱਸ ਦੇਣਗੇ ਟਿੱਪਣੀਆਂ ਕਰਕੇ ਉਹ ਕਹਿੰਦੇ ਜੀ ਐਜੂਕੇਸ਼ਨ ਚ ਸੂਬਾ ਨੰਬਰ 1 ਖੇਤੀਬਾੜੀ ਚ ਪੰਜਾਬ ਨੰਬਰ 1 ਕੋਵਿਡ ਦੇ ਉੱਤੇ ਕਾਬੂ ਪਾਇਆ ਪੰਜਾਬ ਨੰਬਰ 1 ਤੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਉਹ ਕਹਿੰਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੱਕ ਚਲਾਨ ਵੀ ਪੇਸ਼ ਕਰ ਦਿੱਤਾ ਥੋੜੇ ਦਿਨ ਪਹਿਲਾਂ ਕਾਨੂੰਨੀ ਤੌਰ ਤੇ ਅੜਿੱਕੇ ਹੁੰਦੇ ਅਸੀਂ ਕਸਰ ਕੋ ਨੂੰ ਛੱਡੀ ਨਹੀਂ ਬਾਕੀ ਚੀਜ਼ਾਂ ਇੱਕ ਨੰਬਰ ਨਹੀਂ ਦਸੀ ਉਹਨਾਂ ਨੇ ਨਹੀਂ ਇੰਨੀਆਂ ਵੀ ਦਸੀ ਹਾਂ ਉਹ ਕਹਿੰਦੇ ਕਈ ਚੀਜ਼ਾਂ ਰਹਿ ਜਾਂਦੀਆਂ ਹੁੰਦੀਆਂ ਕਈ ਹੋ ਜਾਂਦੀਆਂ ਇਦਾਂ ਨਹੀਂ ਹੋਈਆਂ ਇਹਦੀ ਮੈਂ ਗੱਲ ਕਰ ਰਿਹਾ ਵੀ ਬਿਜਲੀ ਰੇਟ ਵਿੱਚ ਨੰਬਰ 1 ਹੈਨਾ ਮਤਲਬ ਇਹ ਮੁਲਕ ਦੇ ਵਿੱਚੋਂ ਸਭ ਤੋਂ ਵੱਧ ਪ੍ਰਵਾਸ ਕਰਨ ਵਾਲਿਆਂ ਚ ਨੰਬਰ ਰੇਤਾ ਦੇ ਭਾਜ ਨੰਬਰ 1 1 ਹੈਨਾ ਮਤਲਬ ਪ੍ਰਾਈਵੇਟ ਬੱਸਾਂ ਜੇ ਕਿਹੇ ਸਟੇਟ ਚ ਸਭ ਤੋਂ ਵੱਧ ਹੋਣਦੇ ਉਹਦੇ ਚ ਨੰਬਰ ਇਹ ਦੇਖੋ ਆ ਗੱਲਾਂ ਤੁਸੀਂ ਨਾ ਕਰੋ ਜੇ ਹੁਣ ਤੁਸੀਂ ਸਿੱਧੂ ਸਾਹਿਬ ਨੇ ਤੁਹਾਨੂੰ ਸੱਦਾ ਪੱਤਰ ਭੇਜੀ ਦਿੱਤਾ ਤੁਸੀਂ ਹੁਣ ਆ ਆ ਗੱਲ 13 13 ਅਗਸਤ ਤੱਕ ਮੈਂ ਕਰ ਸਕਦਾ ਮੇਰੀ ਗੱਲ ਸੁਣੋ ਜੇ ਤੁਹਾਡਾ ਕੈਪਟਨ ਸਾਹਿਬ ਹਿਸਾਬ ਪਹਿਲਾਂ ਨਿਬੜਿਆ ਨਹੀਂ ਹੋਣਾ ਮੇਰੀ ਇਹ ਗੱਲ ਥੋੜੀ ਹੈ ਕਿ ਜੇ ਕੋਣ 200 ਰੁਪਏ ਨੂੰ ਬਿਆਨਾਂ ਹੀ ਅਗਲੇ ਦਾ ਬਿਆਨਾਂ ਦਿੱਤਾ ਹੀ ਪਾਰ ਦੇਣਾ ਕਿ ਭਾਈ ਤੂੰ ਕੇਸ ਕਰ ਲੈ ਜਾਂ ਦੁੱਗਣੇ ਲੈ ਲੈ ਦੇਖੋ ਗੱਲ ਪਤਾ ਕੀ ਹੈ ਨੀਦ ਨੂੰ ਇਹਦਾ ਲੱਗਦਾ ਨਹੀਂ ਤੁਸੀ ਦਾ ਸੋ ਕਿੱਦਾਂ ਲੱਗਦਾ ਨਹੀਂ ਨਹੀਂ ਇਹਦੇ ਟਿੱਪਣੀਆਂ ਕਰਨ ਵਾਲਾ ਦਾ ਮੈਂ ਥੋੜੀ ਕਹੂੰਗਾ ਇੱਕੋ ਬੰਦੇ ਮੈਨੂੰ ਤਾਂ ਐਂ ਲੱਗਦਾ ਥੋੜੀਆਂ ਵੀ ਚੱਲਦੀਆਂ ਨਹੀਂ ਸਾਰਿਆਂ ਦੀ ਚੱਲਦੀਆਂ ਫੇਰ ਹੀ ਤਾਂ ਇਹਦੇ ਵਿਚਾਰੇ ਸਿੱਧੂ ਸਾਹਿਬ 75 25 75 25 ਮੈਂ ਇੱਦਾਂ ਦੇਖਿਆ ਵੀ ਤੁਸੀਂ ਨਾਲ ਜਿਹੜਾ ਬੰਦਾ ਜਾਂਦਾ ਉਹਨੂੰ ਠੇਡਾ ਜ਼ਰੂਰ ਮਾਰਦੇ ਆ ਸਾਝੀ ਸਮੋ ਨਹੀਂ ਚੱਲਦੀਦੀ ਟਰਾਂਸਪੋਰਟ ਪਾ ਲਈਏ ਵੇ ਗੱਲ ਹੀ ਆ ਉਦੋਂ ਹੀ ਕਹਿੰਦੇ ਪਾਈ ਮੈਂ ਇਕੱਲੇ ਨੇ ਚਲਾਉਣੀ ਆ ਨਹੀਂ 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 ਟਰਾਂਸਪੋਰਟ ਜਿੱਸਾ ਪਾਇਆ ਕਿਹੜੀ ਚ ਪਾਇਆ ਬਸਿ ਜੀ ਕਿਹੜੀ ਫੋਟੋ ਬਕਾਇਦਾ ਆ ਜੀ ਪਈ ਹੁਣ ਕਿਤੇ ਸੋਸ਼ਲ ਮੀਡੀਆ ਮੈਨੂੰ ਫੋਟੋ ਹੀ ਪਈ ਆ ਇਹਦੇ ਫਿਰ ਕਿਸ ਨੇ ਪਾ ਦੇਣੀ ਨਹੀਂ ਕੋਈ ਕਹਿੰਦਾ ਫੋਟੋ ਤਾਂ ਸਾਡੇ ਕੋਲ ਬਹੁਤ ਸਾਰੇ ਕਾਰਡ ਬਣਾ ਕੇ ਦਿੱਤੇ ਥੋੜੀ ਸਰਕਾਰ ਨੇ ਉਹ ਵੀ ਪਈ ਆ ਚਲੋ ਸੰਧਾਲੀਆ ਸਭ ਹੁਣ ਜਾਖੜ ਸਭ ਤੋਂ ਅੱਗੇ ਚੱਲਦੇ ਆ ਨਵਜੋਤ ਸਿੰਘ ਸਿੱਧੂ ਦੇ ਬਾਬਤ ਇੱਕ ਚਰਚਾ ਚੱਲਦੀ ਸੀ ਪਹਿਲੀ ਗੱਲ ਕਿ ਉਹ ਬੰਦਾ ਅਜੇ ਕੋ ਕੰਮ ਨਹੀਂ ਕਰ ਸਕਿਆ ਦੂਸਰੀ ਗੱਲ ਹੈ ਕਿ ਉਹਨਾਂ ਦੇ ਕੋਲੇ ਸਮਾਂ ਬਹੁਤ ਘੱਟ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਹਿੰਦੇ ਪ੍ਰਧਾਨਗੀ ਲੈਣੀ ਸੀ ਟਵੀਟੇ ਬੰਦਾ ਤਾਂ ਕਰਦਾ ਸੀ ਆ ਦੇਖਿਆ ਪ੍ਰਸ਼ਾਂਤ ਕਿਸ਼ੋਰ ਦਾ ਕੰਮ ਹੈ ਇਹਨਾਂ ਨੇ ਇਕੱ ਸਭ ਤੋਂ ਪਹਿਲਾਂ ਇੱਕ ਫੋਟੋ ਜਿਹੜੀ ਹੈ ਆਈਓਆਈਸੀ ਪੰਜਾਬ ਭਵਨ ਦੀ ਲੋਕ ਗਲਤੀ ਨਾ ਕਰਨ ਸਮਾਗਮ ਦੋ ਜਗ੍ਹਾ ਤੇ ਹੋਏ ਪਹਿਲੀ 10 ਵਜੇ ਕੈਪਟਨ ਸਾਹਿਬ ਨੇ ਚਾਹ ਰੱਖੀ ਸੀ ਪੰਜਾਬ ਭਵਨ ਚ ਉਹਦੇ ਤੋਂ ਬਾਅਦ 11 ਵਜੇ ਕਾਂਗਰਸ ਭਵਨ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਪ੍ਰਧਾਨ ਦਾ ਕੰਮ ਕਰ ਸੰਭਣਾ ਸੀ ਉਹ ਜਿਹੜੀ ਪਹਿਲੀ ਫੋਟੋ ਆਈ ਕਿ ਆ ਦੇਖੋ ਜੀ ਕੈਪਟਨ ਸਾਹਿਬ ਖੜੀ ਦਿਖਾਉਂਦੇ ਆ ਸਿੱਧੂ ਸਾਹਿਬ ਕੋਲ ਬੈਠੇ ਆ ਬਾਕੀ ਬੰਦੇ ਵੀ ਬੈਠੇ ਆ ਸੁਲਾਉਗੀ ਜਿਨ੍ਹਾਂ ਨੇ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਟੇਬਲ ਦੇ ਦੂਜੇ ਪਾਸੇ ਉਹ ਕਹਿੰਦੇ ਸੀ ਮੈਂ ਅਰਦਾਸ ਕਰਨ ਗਿਆ ਸੀ ਜੀ ਉਹ ਲੇਟ ਹੋ ਗਿਆ ਜੀ ਹੋਰ ਸੇਤਾਂ ਠੀਕ ਹੈ ਜੀ ਇਹਨਾਂ ਕੇ ਕੰਮ ਕਹਿ ਕੇ ਚੱਲੇ ਸੀ ਉਹ ਤਾਂ ਕਦੇ ਪ੍ਰਤਾਪ ਸਿੰਘ ਬਾਜਵਾ ਬਾਜਾ ਮੰਨੇ ਨਹੀਂ ਸਿੱਧੂ ਸਾਹਿਬ ਇੱਧਰ ਆ ਕੇ ਬੈਠੋ ਜਾਨੀ ਕਿ ਆਉਂਦੇ ਨਹੀਂ ਸੀ ਉੱਥੇ ਆ ਕੇ ਬੈਠੇ ਦੋ ਤਿੰਨ ਮਿੰਟ ਤਾਂ ਫਿਰ ਆ ਗਏ ਉਹਦੇ ਤੋਂ ਬਾਅਦ ਅਸਲੀ ਜਿਹੜਾ ਇੱਕ ਸਿਆਸੀ ਤੌਰ ਦੇ ਉੱਤੇ ਨਾਟਕ ਕਹਿ ਲਓ ਸਿਆਸੀ ਤੌਰ ਦੇ ਉੱਤੇ ਰੰਗਮੰਚ ਜਿਹੜਾ ਸਜਿਆ ਸੀ ਕੈਪਟਨ ਅਮਰਿੰਦਰ ਸਿੰਘ ਬੈਠੇ ਆ ਰਾਵਤ ਸਾਹਿਬ ਬੈਠੇ ਆ ਕੁਲਜੀਤ ਸਿੰਘ ਨਾਗਰਾ ਸਟੇਜ ਤੇ ਆ ਬੀਬੀ ਪੱਠੜ ਬੈਠੇ ਆ ਬੀਬੀ ਪ੍ਰਨੀਤ ਕੌਰ ਬੈਠੇ ਆ ਸਾਰੇ ਬੰਦੇ ਕਾਂਗਰਸ ਪਾਰਟੀ ਦੇ ਵੱਡੇ ਸਟੇਜ ਤੇ ਆ ਨਵਜੋਤ ਸਿੰਘ ਸਿੱਧੂ ਸਭ ਤੋਂ ਬਾਅਦ ਆਏ ਆਉਂਦੇ ਆਏ ਉਹ ਕੰਮ ਕੀਤਾ ਜਿਹੜਾ ਰਾਜਾ ਵੜਿੰਗ ਦੀ ਉਮੀਦਵਾਰੀ ਦੇ ਮੌਕੇ ਤੇ ਸਟੇਜ ਤੇ ਕੀਤਾ ਸੀ ਛੱਕਾ ਲਾ ਕੇ ਦਿਖਾ ਲਿਆ ਤੇ ਲੋਕਾਂ ਨੇ ਫਿਰ ਉਸ ਲਈ ਜਿੰਦਾਬਾਦ ਕੀਤੀ ਉਹਦੇ ਤੋਂ ਬਾਅਦ ਜਾਖੜ ਸਾਹਿਬ ਨੇ ਵੀ ਹੱਥ ਮਲਾਇਆ ਹੋਰ ਵੀ ਕਈ ਕਾਂਗਰਸ ਦੇ ਲੀਡਰਾਂ ਨਾਲ ਹੱਥ ਮਲਾਇਆ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਗੁਆਂਡ ਚ ਬਹਿ ਗਏ ਨਾ ਤਾਂ ਆਈ ਕੰਟੈਕਟ ਹੋਇਆ ਨਾ ਅੱਖਾਂ ਮਿਲੀਆਂ ਨਾ ਫਤਿਹ ਬਲਾਈ ਨਾ ਗੋਡੀਆਂ ਥਲਾਇਆ ਜਾਣੀ ਕਿ ਨਾਲ-ਨਾਲ ਦੀ ਕੁਰਸੀ ਤੇ ਸਵਾ ਘੰਟਾ ਡੇਢ ਘੰਟਾ ਬੈਠੇ ਸਿੱਧੀ ਦੁਆ ਸਲਾਮ ਕੋਈ ਨਹੀਂ ਹੋਈ ਦੂਸਰਾ ਜਦੋਂ ਬੋਲਣ ਜਾਣਾ ਸੀ ਕੈਪਟਨ ਸਾਹਿਬ ਨਾਲ ਬੈਠੇ ਰਾਬਤ ਸਾਹਿਬ ਨਾਲ ਬੈਠੇ ਆ ਦੋਨੇ ਛੜ ਤੇ ਬੀਬੀ ਰਜਿੰਦਰ ਕੌਰ ਪਠੜ ਦੇ ਵੀ ਪੈਰੀਆਂ ਥਲਾਲਤਾ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਹੋਰਾਂ ਦੇ ਪੈਰੀਆਂ ਥਲਾਲਤਾ ਪਰ ਕੈਪਟਨ ਸਾਹਿਬ ਦੇ ਗੋਡੀਆਂ ਹੱਥ ਨਹੀਂ ਲਾਇਆ ਤੇ ਜਾ ਕੇ ਜਿੰਨੇ ਬੁਲਾਰੇ ਬੋਲੇ ਸੰਗਸੂ ਗਿਲਜੀਆਂ ਬੋਲੇ ਗੋਇਲ ਸਾਹਿਬ ਬੋਲੇ ਸੁਖਵਿੰਦਰ ਡੈਨੀ ਬੋਲੇ ਸਰਾਵਤ ਸਾਹਿਬ ਬੋਲੇ ਸਾਰੇ ਬੰਦੇ ਬੋਲੇ ਤੇ ਸਾਰਿਆਂ ਨੇ ਸਟੇਜ ਤੇ ਬੈਠੇ ਬੰਦਿਆਂ ਦਾ ਨਾਮ ਨਵਜੋਤ ਸਿੰਘ ਸਿੱਧੂ ਨੇ ਕਿਸੇ ਦਾ ਨਾਮ ਹੀ ਨਹੀਂ ਲਿਆ ਇੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਆਰੀ ਨਵਜੋਤ ਨਵਜੋਤ ਕਹਿ ਕੇ ਨਾਮ ਲਿਆ ਜਦੋਂ ਸੰਬੋਧਨ ਕਰਦੇ ਸੀ ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕੀਤਾ ਜਾਂ ਬਿਲਕੁਲ ਵੀ ਉਧਰਲੇ ਪਾਸੇ ਧਿਆਨ ਨਹੀਂ ਦਿੱਤਾ ਮੈਨੂੰ ਲੱਗਦਾ ਕਿ ਬਹੁਤ ਖਿਆਲ ਰੱਖ ਕੇ ਚੱਲਿਆ ਕਿ ਇੱਕ ਵੀ ਬੰਦਾ ਕਿਤੇ ਇਦਾਂ ਨਾ ਕਹਿ ਦਵੇ ਕਿ ਭਾਈ ਪ੍ਰਧਾਨਗੀ ਮਿਲ ਗਈ ਤਾਂ ਹੁਣ ਮੁੱਦੇ ਗਾਇਬ ਪ੍ਰਧਾਨਗੀ ਮਿਲ ਗਈ ਤਾਂ ਹੁਣ ਕੈਪਟਨ ਮਰੀਂਦਰ ਸਿੰਘ ਦੇ ਨਾਲ ਕੰਮ ਠੀਕ ਜਦੋਂ ਉਹ ਬੰਦੇ ਨੇ ਸ਼ੁਰੂ ਕੀਤਾ ਕਿਸਾਨਾਂ ਤੋਂ ਕੀਤਾ ਫਿਰ ਈਟੀਟੀ ਵਾਲਿਆਂ ਤੋਂ ਕੀਤਾ ਫਿਰ ਕੱਚੇ ਅਧਿਆਪਕਾਂ ਤੋਂ ਕਰਮਚਾਰੀਆਂ ਤੋਂ ਕੀਤਾ ਉਹਦੇ ਤੋਂ ਬਾਅਦ ਬਿਜਲੀ ਦੇ ਸਮਝਾਤਿਆਂ ਤੋਂ 18 ਰੁਪਏ ਦੀ ਯੂਨਿਟ ਤੋਂ ਕੀਤਾ ਤੇ ਇਹ ਵੀ ਕਹਿ ਦਿੰਦਾ ਕਿ ਭਾਈ ਆਹ ਮਸਲੇ ਹੱਲ ਨਾ ਹੋਏ ਤਾਂ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ ਆਪਣੀ ਸਰਕਾਰ ਦੇ ਬੈਠਿਆਂ ਕੈਪਟਨ ਅਮਰਿੰਦਰ ਸਿੰਘ ਤੇ ਬੈਠਿਆਂ ਜੇ ਨਵਜੋਤ ਸਿੰਘ ਸਿੱਧੂ ਨੇ ਕੱਲ ਵੀ ਇਹ ਮੁੱਦੇ ਚੁੱਕੇ ਆ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਹਾਲ ਦੀ ਘੜੀ ਆਪਣੀ ਆਲੋਚਨਾ ਨੂੰ ਬ੍ਰੇਕਾਂ ਦਵਾਗਾ ਪਰ ਆਉਣ ਵਾਲਾ ਸਮਾਂ ਚੁਣੌਤੀਆਂ ਵਾਲਾ ਹੋਊਗਾ ਨਹੀਂ ਨਹੀਂ ਚੁਣੌਤੀਆਂ ਵਾਲਾ ਵੇਖੋ ਦੇਖੋ ਤੁਸੀਂ ਜਿੰਨੇ ਸੀਨ ਦੱਸੇ ਨਾ ਉਹ ਸਾਰੇ ਸੀਨ ਬੜੇ ਖੁੱਲੇ ਦਾਰੇ ਚ ਹੋਏ ਜੀ ਲੋਕਾਂ ਦਾ ਵਿਚਾਰ ਇੱਧਰ ਉੱਧਰ ਧਿਆਨ ਚਲੇਗਾ ਹੋਊਗਾ ਕਿਤੇ ਨਾ ਉਧਰ ਧਿਆਨ ਗਿਆ ਹੋਊਗਾ ਐਵੇਂ ਇੱਥੇ ਬਾਠ ਨਾ ਬਧੂ ਬਦੀ ਉਹ ਕਹਿੰਦਾ ਵੀ ਨਹੀਂ ਨਹੀਂ ਦਿਲ ਨਹੀਂ ਮਿਲੇ ਦਿਲ ਨਹੀਂ ਮਿਲੇ ਬਹੁਤ ਵੱਡੀ ਗੱਲ ਸੀ ਇੱਕ ਹਾਰ ਜਿਆ ਪਾਉਣ ਦਾ ਵੀ ਸਮਾਂ ਆਇਆ ਸੀ ਨਾ ਵੱਡਾ ਸਾਰਾ ਹਾਰ ਪਾਉਂਦੇ ਹੁੰਦੇ ਆ ਉਹ ਹੁਣ ਹਾਰ ਜਦੋਂ ਪਾਇਆ ਤੇ ਉਸ ਹਾਰ ਦੇ ਵਿੱਚ ਕੈਪਟਨ ਸਾਹਿਬ ਨੇ ਸਿੱਧੂ ਸਾਹਿਬ ਨੇ ਸਿੱਧੂ ਸਾਹਿਬ ਨੇ ਜਫੀ ਪਾਈ ਤੇ ਨਾਲ ਜਾਖੜ ਸਾਹਿਬ ਨੂੰ ਹਾਰ ਦੇ ਵਿੱਚ ਕਰ ਲਿਆ ਕਰ ਲਿਆ ਹੁਣ ਜੇ ਧਿਆਨ ਨਾਲ ਉਸ ਚੀਜ਼ ਨੂੰ ਦੇਖਿਆ ਜਾਵੇ ਤੇ ਕੈਪਟਨ ਸਾਹਿਬ ਜਾਰੇ ਹਾਰ ਚ ਖਲੋਤੇ ਆ ਤੇ ਜਫੀ ਪਾ ਕੇ ਸਿੱਧੂ ਸਾਹਿਬ ਤੇ ਜਾਖੜ ਸਾਹਿਬ ਖਲੋਤੇ ਇਧਰੋਂ ਫਿਰ रावत ਸਾਹਿਬ ਨੂੰ ਲੈ ਕੇ ਜਾਂਦੇ ਵੀ ਨਹੀਂ ਨਹੀਂ ਹੁਣ ਆਈਡਲੀ ਬਣਦਾ ਤੇ ਇਹ ਸੀ ਵੀ ਜਿਸ ਪਾਸੇ ਕੈਪਟਨ ਸਾਹਿਬ ਖਲੋਤੇ ਆ ਉਧਰੋਂ रावत ਸਾਹਿਬ ਆਇਆ ਕੈਪਟਨ ਸਾਹਿਬ ਨੂੰ ਅੱਗੇ ਕਰਦੇ ਕੈਪਟਨ ਸਾਹਿਬ ਸਿੱਧੂ ਸਾਹਿਬ ਨੂੰ ਜਫੀ ਪਾਉਂਦੇ ਸਿੱਧੂ ਸਾਹਿਬ ਜਾਖੜ ਸਾਹਿਬ ਨੂੰ ਪਾਉਂਦੇ ਇਧਰੋਂ ਕੈਪਟਨ ਸਾਹਿਬ रावत ਸਾਹਿਬ ਨੂੰ ਜਫੀ ਪਾਉਂਦੇ ਫਿਰ ਹਾਰ ਬਣਦਾ ਸੀ ਨਾ ਪਰ ਨਾ ਰਾਵਤ ਨੂੰ ਸਿੱਧੂ ਸਾਹਿਬ ਸਦਾ ਆਪਣੇ ਵਾਲੇ ਪਾਸੇ ਲੈ ਗਏ ਇੱਥੇ ਆਇਆ ਯਾਰ ਹੁਣ ਸਿੱਧੂ ਸਾਹਿਬ ਦੇ ਇੱਕ ਪਾਸੇ ਜਾਖੜ ਸਾਹਿਬ ਹੈ ਇੱਕ ਪਾਸੇ ਰਾਵਤ ਸਾਹਿਬ ਹੈ ਕੈਪਟਨ ਸਾਹਿਬ ਜਮਾਂ ਹੀ ਬਾਹਰ ਆ ਹਾਲਾਂਕਿ ਉਹ ਹੈਗੇ ਹਾਰ ਦੇ ਵਿੱਚ ਹੈ ਹਾਰ ਦੇ ਵਿੱਚ ਹੀ ਹੈ ਹੈਨਾ ਹੁਣ ਇੱਥੋਂ ਅੰਦਾਜ਼ਾ ਲਾਓ ਵੀ ਜੇ ਆਪਾਂ ਮੰਨ ਲਓ ਵੀ ਉਹ ਕਾਂਗਰਸ ਪਾਰਟੀ ਨੇ ਇੱਕ ਹਾਰ ਮੰਨ ਲਈਏ ਹੈਨਾ ਤੇ ਉਹਦੇ ਵਿੱਚ ਕੌਣ ਬੰਦਾ ਕਿਹਦੇ ਨਾਲ ਹੈ ਉਹ ਤਾਂ ਹਾਰ ਨੇ ਕਲੀਅਰ ਕਰਤਾ ਕਾ ਨਹੀਂ ਉਹ ਹਾਰ ਜਿਹੜਾ ਨੇ ਉਹ ਆਪਣੇ ਆਪ ਦੇ ਵਿੱਚ ਹਾਰ ਦੀ ਗੱਲ ਕਲੀਅਰ ਕਰਦਾ ਕਿ ਕਹਾਣੀ ਕਿਧਰਲੇ ਪਾਸੇ ਨੂੰ ਜਾਂਦੀ ਹੈ ਹੁਣ ਸੰਧਾ ਵਾਲੀ ਆ ਸਭ ਉਸ ਹਾਰ ਚ ਵੀ ਕਿਸੇ ਦੇ ਉਹ ਜਿੱਤ ਲਾ ਹਾਰ ਸੀ ਤੇ ਕਿਸੇ ਦੇ ਹਾਰ ਵਾਲਾ ਹਾਰ ਸੀ ਇਹ ਕਿਸੇ ਨੂੰ ਨਹੀਂ ਸੀ ਲੱਗਦਾ ਜਦੋਂ ਕੈਪਟਨ ਸਾਹਿਬ ਨੇ ਇਹ ਕਹਿ ਦਿੱਤਾ ਸੀ ਨਾ ਕਿ ਲਿਖਤੀ ਕਿ ਪਹਿਲਾ ਬੰਦਾ ਮਾਫੀ ਮੰਗੇ ਤੇ ਉਹਦੇ ਤੋਂ ਬਾਅਦ ਗੱਲ ਚੱਲਦੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਨਵਜੋਤ ਸਿੰਘ ਸਿੱਧੂ ਨੇ ਜਦੋਂ ਸ਼ੁਰੂ ਕੀਤਾ ਕਿ ਪਾਈ ਇਹ ਪ੍ਰਧਾਨਗੀ ਸਿੱਧੂ ਦੀ ਨਹੀਂ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਹੈ ਸੰਧਾ ਆਲਿਆ ਸਾਹਿਬ ਮੈਨੂੰ ਨਹੀਂ ਪਤਾ ਨਵਜੋਤ ਸਿੰਘ ਸਿੱਧੂ ਕੀ ਕਰ ਪਾਉ ਕੀ ਨਹੀਂ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਲਾਲ ਸਿੰਘ ਵੀ ਪ੍ਰਧਾਨ ਰਹੇ ਹੰਸਪਾਲ ਸਾਹਿਬ ਵੀ ਇਤਜਾਖੜ ਸਾਹਿਬ ਵੀ ਪ੍ਰਧਾਨ ਰਹੇ ਆ ਬਹੁਤ ਸਾਰੇ ਬੰਦੇ ਦੂਲੋ ਸਾਹਿਬ ਬਾਜੀਵਾ ਸਾਹਿਬ ਅੱਜ ਕੋਈ ਬੰਦਾ ਰਜਿਸਟਰ ਦੇ ਉੱਤੇ ਲਿਖ ਕੇ ਨਹੀਂ ਦੱਸਦਾ ਕਿ ਪਾਈ ਇਹਨਾਂ ਨੇ ਆਹ ਵੱਡੂ ਵੱਡ ਕੰਮ ਕਰ ਦਿੱਤੇ ਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 15 ਅਗਸਤ ਤੋਂ ਮੇਰਾ ਬਿਸਤਰਾ ਕਾਂਗਰਸ ਪਾਰਟੀ ਦੇ ਦਫ਼ਤਰ ਚ ਹੋਊਗਾ ਹੁਣ ਦੋ ਤਿੰਨ ਮੁੱਦਿਆਂ ਤੇ ਅੜਕੇ ਪੈਣੇ ਆ ਇੱਕ ਉਹਨਾਂ ਨੇ ਕਹਿ ਦਿੱਤਾ ਬਿਸਤਰਾ ਵਾਲੀ ਗੱਲ ਤੇ ਮੈਂ ਗੱਲ ਕਰਦਾ ਕਿਉਂਕਿ ਉਧਰ ਫਿਰ ਪ੍ਰਧਾਨ ਜੀ ਦੀ ਵੀ ਗੱਲ ਕਰਨੀ ਪੈਣੀ ਯਾਰ ਆਜੋ ਪ੍ਰਧਾਨ ਜੀ ਵੀ ਆਂਦੇ ਵੀ ਮੈਂ ਹੁਣ ਅੱਜ ਤੋਂ ਲੈ ਕੇ ਤੇ ਮੇਰਾ ਬਿਸਤਰਾ ਗੱਡੀ 'ਚ ਹੀ ਹੋਣਾ ਫਾਜ਼ਲ ਕਾ ਕਿਹਾ ਸੀ ਉਹਨਾਂ ਨੇ ਹੁਣ ਇਹ ਤਾਂ ਮੇਰੇ ਖਾਲਾ ਅਕਾਲੀ ਦਲ ਦੇ ਬੰਦੇ ਜਾਂ ਵਰਕਰ ਹੀ ਦੱਸ ਸਕਦੇ ਵੀ ਪ੍ਰਧਾਨ ਜੀ ਦਾ ਬਿਸਤਰਾ ਗੱਡੀ 'ਚ ਹੀ ਆ ਜਾਂ ਫਿਰ ਬਿਸਤਰਾ ਖੋਲੇ ਨਹੀਂ ਉਹਦੋਂ ਬਾਅਦ ਤੇ ਪ੍ਰਧਾਨ ਜੀ ਗੱਡੀ ਤੋਂ ਬਾਹਰ ਆਉਂਦੇ ਉਹਦੇ ਉੱਦਾਂ ਦਾ ਤਾਂ ਨਹੀਂ ਉਹਨਾਂ ਨੇ ਲਾਉਣਾ ਬਿਸਤਰਾ ਉੱਥੇ ਨਹੀਂ ਹੁਣ ਇਹ ਤਾਂ ਨਵਜੋਤ ਸਿੰਘ ਸਿੱਧੂ ਦੇ ਲਈ ਸਿਆਸੀ ਤੌਰ ਦੇ ਉੱਤੇ ਇਹ ਪਹਿਲੀ ਲੜਾਈ ਵੀ ਹੋ ਸਕਦੀ ਹੈ ਤੇ ਆਖਰੀ ਵੀ ਹੋ ਸਕਦੀ ਹੈ ਉਹਨਾਂ ਤੇ ਡਿਪੈਂਡ ਕਰਦਾ ਹੁਣ ਜਿੱਦਾਂ ਉਹਨਾਂ ਨੇ ਕਿਹਾ ਨਾ ਕਿ ਮੈਂ ਇੱਥੇ ਬੈਠੂੰਗਾ ਕਾਂਗਰਸ ਦੇ ਮੰਤਰੀਆਂ ਨੂੰ ਵੀ ਮੈਂ ਬੇਨਤੀ ਕਰਦਾ ਤਿੰਨ-ਤਿੰਨ ਘੰਟੇ ਰੋਜ਼ ਆਓ ਹੁਣ ਮੰਤਰੀ ਮੁੱਖ ਮੰਤਰੀ ਦੇ ਅਧੀਨ ਹੁੰਦੇ ਆ ਉਹ ਜੇ ਤਿੰਨ-ਤਿੰਨ ਘੰਟੇ ਉੱਥੇ ਆਉਣਗੇ ਦਾ ਮਤਲਬ ਹੈ ਕਿ ਸਿੱਧੂ ਸਾਹਿਬ ਦੇ ਕਹਿਣ ਤੇ ਆਏ ਫਿਰ ਜੇ ਲੋਕਾਂ ਦੇ ਕੰਮ ਹੁੰਦੇ ਆ ਵਰਕਰਾਂ ਦੇ ਕੰਮ ਹੁੰਦੇ ਮੰਨ ਲਓ ਮੰਤਰੀ ਨੂੰ ਸਿੱਧੇ ਮਿਲੇ ਕੋਈ ਵੀ ਬੰਦਾ ਫੇਰ ਲੋਕੀ ਕਹਿੰਦੇ ਕਿ ਯਾਰ ਸਾਢੇ 4 ਸਾਲ ਤਾਂ ਇਹ ਮੰਤਰੀ ਇੱਥੇ ਨਹੀਂ ਸੀ ਬੈੰਦੇ ਤਿੰਨ ਤਿੰਨ ਘੰਟੇ ਹੁਣ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਆ ਤਾਂ ਮੰਤਰੀ ਬਹਿਣ ਲੱਪੇ ਜੇ ਹੁਣ ਮੰਤਰੀ ਵੋਟਾਂ ਮੰਤਰੀਆਂ ਨੇ ਵੀ ਲੈਣੀਆਂ ਜੇ ਮੰਤਰੀ ਨਹੀਂ ਬੈੰਦੇ ਤਾਂ ਸਿੱਧੂ ਸਾਹਿਬ ਰੌਲਾ ਪਾਉਣਗੇ ਜੇ ਮੰਤਰੀ ਬੈੰਦੇ ਆ ਫੇਰ ਰੌਲਾ ਪਊਗਾ ਕਿ ਭਾਈ ਸਿੱਧੂ ਸਾਹਿਬ ਨੇ ਬਿਠਾਲੇ ਆ ਉਹਦੇ ਤੋਂ ਤੁਰੰਤ ਬਾਅਦ ਤੁਸੀਂ ਦੇਖੋ ਕਿ ਇੱਕ ਬੱਸ ਦੀ ਦੁਰਘਟਨਾ ਹੋਈ ਤਿੰਨ ਬੰਦਿਆਂ ਦੀ ਮੌਤ ਹੋਈ ਕਾਂਗਰਸ ਪਾਰਟੀ ਦੇ ਵਰਕਰ ਸੀ ਇਸੇ ਸਮਾਗਮ ਚ ਆਉਂਦੇ ਸੀ ਨਵਜੋਤ ਸਿੰਘ ਸਿੱਧੂ ਤੁਰੰਤ ਲੁਧਿਆਣੇ ਹਸਤੜ ਗਿਆ ਉਹਦੇ ਤੋਂ ਬਾਅਦ ਹੋਰ ਨਸਤੜਾਂ ਚ ਗਿਆ ਲੋਕਾਂ ਦੇ ਘਰਾਂ ਚ ਵੀ ਗਿਆ ਕਿ ਭਾਈ ਤੁਸੀਂ ਸਾਡੀ ਪਾਰਟੀ ਦੇ ਵਰਕਰ ਆ ਨਹੀਂ ਤਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਕਈ ਰੇ ਹਫਤਾ ਹਫਤਾ ਲੱਗ ਜਾਂਦਾ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਸਟੇਜ ਤੋਂ ਕਹਿੰਦੇ ਆ ਕਿ ਭਾਈ ਗੁਰੂ ਦੀ ਬੇਅਦਬੀ ਦਾ ਮਸਲਾ ਸਭ ਤੋਂ ਪਹਿਲਾਂ ਜਿਸ ਤਰੀਕੇ ਉਹਨਾਂ ਨੇ ਇਹ ਸਿੱਧੇ ਤੌਰ ਦੇ ਉੱਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਜਿਸ ਤਰੀਕੇ ਇਹ ਕਿਹਾ ਕਿ ਪੰਜਾਬ ਚ ਚਿੱਟਾ ਵਿਕਦਾ ਬਿਜਲੀ ਸਮਝੌਤਿਆਂ ਦੀ ਗੱਲ ਕੀਤੀ ਜੇ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਇਹ ਸਾਰੀਆਂ ਗੱਲਾਂ ਨਾ ਕਰਦੇ ਤਾ ਸੰਧਾਲੀਆਂ ਸਭ ਬਹੁਤ ਸਾਰੇ ਨੰਬਰ ਲੋਕਾਂ ਨੇ ਉਸ ਲਈ ਕੱਟ ਦੇਣੇ ਸੀ ਪਰ ਹੁਣ ਪਰਖ ਦੀ ਘੜੀ ਆ ਗਈ ਅਜਮੇਰ ਦੇ ਵਿੱਚ ਅਜਮੇਰ ਚ ਰਾਜਸਥਾਨ ਚ ਪੈਂਦਾ ਮੁੰਡੇ ਦਾ ਵਿਆਹ ਸੀ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਨਹੀਂ ਤਾਂ 3 ਮਹੀਨਿਆਂ ਬਾਅਦ ਜਦੋਂ 90 ਦਿਨ ਮੁਕੰਮਲ ਹੋ ਗਏ ਆਪਾਂ ਇੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਇਕੱਲੇ-ਇਕੱਲੇ ਨੁਕਤੇ ਚੁੱਕੇ ਆ ਵੀਡੀਓ ਆਪਾਂ ਸਾਵ ਲਈਆ ਫਿਰ ਦਿਖਾ-ਦਖਾ ਸਵਾਲ ਪੁੱਛਣੀ ਹੈ ਸਿੱਧੂ ਸਾਹਿਬ ਆ ਕਹਿਆ ਸੀ ਹੋਇਆ ਕਿਉਂ ਨਾ ਅਜਮੇਰ ਦੇ ਵਿੱਚ ਮੁੰਡੇ ਦਾ ਵਿਆਹ ਦੋ ਚੀਜ਼ਾਂ ਭਾਰਤ ਦੇ ਲੋਕਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਾਲਾਂਕਿ ਆਤਿਸ਼ਵਾਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਪ੍ਰਦੂਸ਼ਣ ਹੁੰਦਾ ਤੇ ਆਪਾਂ ਆਕਸੀਜਨ ਦਾ ਮਸਲਾ ਹੋਣੀ ਦੇਖ ਕੇ ਟੇ ਆ ਇੱਕ ਤਾਂ ਜਿਹੜੇ ਵਿਆਹਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿਆਹਾਂ ਦੇ ਵਿੱਚ ਉਹ ਘੋੜੀ ਜ਼ਰੂਰ ਕਰਾਏ ਤੇ ਕਰਦੀ ਆ ਕਿ ਮੁੰਡੇ ਨੇ ਵਿਆਹ ਤੇ ਜਾਣਾ ਹੂੰ ਹੂੰ ਉਹਦਾ ਐਡਵਾਂਸ ਤੇ ਕਿਉਂ ਦਿਆਂ ਦੂਜਾ ਪਟਾਕਿਆਂ ਨਾਲ ਵਧੀਆ ਪਟਾਕੇ ਸਾਰੇ ਮੱਲੇ ਵਾਲੇ ਦੇਖਣ ਫੁਲਾਨਿਆਂ ਦੇ ਮੁੰਡੇ ਦਾ ਵਿਆਹ ਸੀ ਇਦਾਂ ਦੀ ਆਤਿਸ਼ਵਾਜੀ ਕਿਸੇ ਨੇ ਕੀਤੀ ਪਰ ਉਸ ਲਈ ਇੱਕ ਗੱਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਮੁੰਡੇ ਨੂੰ ਘੋੜੀ ਚੜਾਤਾ ਬਾਅਦ ਚ ਪਟਾਕਾ ਕੋਈ ਨਹੀਂ ਹੁਣ ਮੁੰਡਾ ਘੋੜੀ ਚੜਾਤਾ ਉਧਰੋਂ ਪਟਾਕੇ ਚਲਾਉਂਦੇ ਫਿਰ ਘੋੜੀ ਜਾਣੇ ਤਾਂ ਮੁੰਡਾ ਜਾਣੇ 4 ਕਿਲੋਮੀਟਰ ਮੁੰਡਾ ਉੱਪਰ ਪਤਾ ਨਹੀਂ ਕਿੱਦਾਂ ਉੱਪਰ ਬੈਠਾ ਰਿਹਾ ਘੋੜੀ 4 ਕਿਲੋਮੀਟਰ ਤੇ ਜਾ ਕੇ ਰੁਗੀ ਕੋਈ ਕਾਰ ਤੇ ਪਿੱਛੇ ਕੋਈ ਸਕੂਟਰ ਤੇ ਪਿੱਛੇ ਮੁੰਡਾ ਡਿਗਿਆ ਤਾਂ ਨਹੀਂ ਪਰ ਉਹਦਾ ਹਸਪਤਾਲ ਲੈ ਜਾਣਾ ਪਿਆ ਸੀ ਇਸ ਕਰਕੇ ਸਿੱਧੂ ਸਾਹਿਬ ਐਸ ਵੇਲੇ ਬਹੁਤ ਚੰਗੇ ਤਰੀਕੇ ਸਾਰੇ ਆਲੇ ਦੁਆਲੇ ਬਰਾਤੀ ਬਣ ਕੇ ਕਾਂਗਰਸੀ ਦੇਖਦੇ ਨੇ ਪੰਜਾਬ ਦੇ ਲੋਕ ਵੀ ਦੇਖਦੇ ਆ ਤੁਹਾਡੀ ਜੇ ਤੁਸੀਂ ਤੁਰਦੇ ਹੋ ਤਾਂ ਲੋਕ ਮਗਰ ਤੁਰਦੇ ਆ ਕਾਂਗਰਸ ਪਾਰਟੀ ਵਾਲੇ ਵਧਾਇਕਾਂ ਦਾ ਬਹੁਮਤ ਤੁਹਾਡੇ ਕੋਲ ਹੈ ਪੰਜ ਮਹੀਨੇ ਨੇ ਤੁਹਾਡੇ ਕੋਲੇ ਉਹਨਾਂ ਪੰਜਾਂ ਦੇ ਵਿੱਚੋਂ ਵੀ ਲੋਕਾਂ ਨੇ ਤਿੰਨ ਦੇਣੇ ਆ ਆਖਰੀ ਦੋ ਨਹੀਂ ਦੇਣੇ ਜੇ ਤਾਂ ਹੁਣ ਉਹ ਪਟਾਕਾ ਮੌਕੇ ਸਿਰ ਚਲਾਇਆ ਜਿੱਥੇ ਚਲਾਉਣਾ ਚਾਹੀਦਾ ਫਿਰ ਤਾਂ ਸਾਰਾ ਕੁਝ ਠੀਕ ਹੈ ਪਰ ਜੇ ਉਹ ਕੰਮ ਨਾ ਕੀਤਾ ਫਿਰ ਘੋੜੀ ਦੌੜ ਪੈਣੀ ਜੇ ਹਸਾ ਦੇ ਲੋਕ ਪਿੱਛੇ ਬਣਾਉਣ ਨਹੀਂ ਇਹ ਇਹ ਤਾਂ ਹੁਣ ਸਮਾਂ ਦੱਸੂਗਾ ਪਰ ਮੈਨੂੰ ਲੱਗਦਾ ਵੀ ਨਿਸ਼ਾਨਾ ਲਾਉਣ ਚ ਖੁੰਝੇ ਨਹੀਂ ਸਿੱਪਸਾ ਦੀ ਕੁਇਕ ਜਿਹੜੀ ਉਹਦੀ ਉਹਨਾਂ ਦੀ ਉਹ ਚਰਚਾ ਸੀ ਉਹ ਤਾਂ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਕੱਟ-ਕੱਟ ਕੇ ਵਾਇਰਲ ਕਰਤੀ ਤੇ ਜਿਹੜੇ ਕਹਿੰਦੇ ਉਹ ਪ੍ਰਧਾਨ ਜੀ ਦਾ ਉਹ ਵਾਲਾ ਸਮਾਗਮ ਦੇਖਣ ਗਏ ਸੀ ਉਹ ਤਾਂ ਯਾਦ ਕਰਕੇ ਬੋਲਣ ਦਾ ਹੈ ਜਿਹੜੀ ਉਹ ਦੋ ਲਾਈਨਾਂ ਵਾਲੀ ਬੋਲਦੇ ਨੇ ਦੇ ਸ਼ਾਇਰੀ ਉਹਦੇ ਵਿੱਚ ਫਿਰ ਕਹਿੰਦੇ ਜੀਜਾ ਸਾਲਾ ਰਹਿਣ ਨਹੀਂ ਦੇਣਾ ਕੋਠੇ ਦੇ ਤੋਤਾ ਬਹਿਣ ਨਹੀਂ ਦੇਣਾ ਉਹ ਉਹ ਬਹੁਤ ਚੱਲ ਰਹੀ ਹੈ ਉਹਨਾਂ ਦੇ ਵਿੱਚ ਜੀ ਹੁਣ ਗੱਲ ਹੈ ਵੀ ਚਲੋ ਉਹ ਜਿੱਥੋਂ ਉਹਨਾਂ ਨੇ ਨਿਸ਼ਾਨਾ ਮਾਰਿਆ ਫਿਰ ਉਸ ਵਕਤ ਕੱਦ ਦੀ ਗੱਲ ਕੀਤੀ ਮਾਵਾਆਂ ਦੀਆਂ ਕੁੱਖਾਂ ਦੀ ਗੱਲ ਕੀਤੀ ਤਾਂ ਮਤਲਬ ਇਹ ਹੋ ਗਿਆ ਵੀ 2017 ਵਾਲਾ ਜਿਹੜਾ ਉਹ ਮੁੱਦਾ ਸੀ ਉਨੂੰ ਘੁਮਕਮਾ ਕੇ ਫਿਰ ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਉਦੋਂ ਨੂੰ ਕਿਉਂ ਲੱਗਦਾ ਸੀ ਵੀ ਯਾਰ ਜੇ ਕੁਝ ਹੈਗਾ ਤੇ ਇਧਰ ਨੂੰ ਹੀ ਐਸ ਕਰਕੇ ਕਾਲੀਦਲ ਨੂੰ ਲੱਗਿਆ ਵੀ ਸਾਨੂੰ ਇਹਨਾਂ ਨੇ ਬਦਨਾਮ ਕਰਕੇ ਹਰਾਇਆ ਹੁਣ ਇਸ ਮੌਕੇ ਤੇ ਦੁਬਾਰਾ ਉਸੇ ਮੁੱਦੇ ਨੂੰ ਛੇੜਨਾ ਤੇ ਉਸ ਢੰਗ ਨਾਲ ਛੇੜਨਾ ਇਹਦਾ ਮਤਲਬ ਕਿ ਤਨਾ ਕਿਤੇ ਨਿਸ਼ਾਨਾ ਉਹਨਾਂ ਨੇ ਵੀ ਕਲੀਅਰ ਕਰ ਦਿੱਤਾ ਵੀ ਭਾਈ ਸਾਹਿਬ ਮੈਂ ਹੋਣਾ ਦੇ ਫਿਰ ਇਹਨਾਂ ਦੇ ਦੁਆਲੇ ਹੋਣਾ ਉਦਾਂ ਨਹੀਂ ਛੱਡਦਾ ਦੇਖੋ ਸੰਧਾਲੀਆ ਸਾਹਿਬ ਮੈਂ ਕਹਿੰਨਾ ਕਿ ਨਵਜੋਤ ਸਿੰਘ ਸਿੱਧੂ ਜੇ ਕਹਿੰਦੇ ਆ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਦੁਆਲੇ ਹੋਣਾ ਉਹਨਾਂ ਦੀ ਆਪਣੀ ਇੱਛਾ ਪਰ ਸਾਨੂੰ ਤਾਂ ਇੱਕ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਬਈ ਮਹਿੰਗੀ ਬਿਜਲੀ ਦੇ ਬਿੱਲ ਦਿੱਤੇ ਆ ਅਜੇ ਵੀ ਆਉਂਦੇ ਆ ਆਪਾਂ ਨੂੰ ਇੱਕ ਗੱਲ ਦਾ ਪਤਾ ਕਿ ਪੰਜਾਬ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਲਾਸ਼ਾਂ ਨੂੰ ਅਗਨ ਭੇਂਟ ਪਰਿਵਾਰ ਦੇ ਵੱਡੇ ਮੈਂਬਰਾਂ ਨੇ ਕੀਤਾ ਜਿਹੜੇ ਮੁੰਡੇ ਜਾਂ ਕੁਝ ਕੁ ਕੁੜੀਆਂ ਵੀ ਨਸ਼ੇ ਦੀ ਭੇਟ ਚੜ ਗਈਆਂ ਸੀ ਤੇ ਮੌਤ ਦੇ ਮੂੰਹ ਚਲੇ ਗਈਆਂ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਉਹ ਬੱਚੇ ਲੱਭਣੇ ਔਖੇ ਨਹੀਂ ਜਿਨ੍ਹਾਂ ਦੇ ਪਿਓ ਨਸ਼ੇ ਦੀ ਗਲਤਾਨ ਹੋ ਕੇ ਤੇ ਦੁਨੀਆ ਤੋਂ ਚਲੇ ਗਏ ਅੱਜ ਵੀ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਕਈਆਂ ਦੇ ਮਾਵਾ ਵੀ ਛੱਡ ਕੇ ਚਲੇ ਗਏ ਕੀ ਕਰਨ ਕਿੱਥੋਂ ਦੇਣ ਰੋਟੀ ਮੁੜ ਕੇ ਇਹਨਾਂ ਨੂੰ ਹੂੰ ਬਹੁਤ ਸਾਰੀਆਂ ਮਾਪੇ ਘਰਾਂ ਦੇ ਵਿੱਚ ਇਕੱਲੇ ਰਹਿ ਗਏ ਜਵਾਨ ਮੁੰਡੇ ਚਲੇ ਗਏ ਮੈਂ ਕਿਹਾ ਪਿਛਲੇ 5 7 8 ਸਾਲਾਂ ਦੀਆਂ ਅਖਬਾਰਾਂ ਹੀ ਦੇਖ ਲਓ ਸਰਲੇਖ ਹੁੰਦੇ ਸੀ ਹੈਡਲਾਈਨਾਂ ਫਰੰਟ ਪੇਜ ਤੇ ਹੁੰਦੇ ਸੀ ਪਿਛਲੇ ਪੇਜ ਫਰੋਲਣ ਦੀ ਲੋੜ ਨਹੀਂ ਇੱਕ ਇੱਕ ਦਿਨ ਦੇ ਵਿੱਚ 5 5 6 6 ਮੁੰਡੇ ਕੋਈ ਜਿਸ ਰੇਂਜ ਵਿੱਚ ਹੀ ਆ ਕਿਸੇ ਦੇ ਮੂੰਹੋਂ ਝੱਗ ਨਿਕਲਦੀ ਐ ਸੋਸ਼ਲ ਮੀਡੀਆ ਤੇ ਅੱਜ ਵੀ 20 ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਜੀ ਆ ਦੇਖੋ ਮੋਟਰਸਾਈਕਲ ਪਿਆ ਸੂਏ ਦੇ ਕੋਲੇ ਆ ਮੁੰਡਾ ਪਿਆ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਐ ਅਸੀਂ ਨਹੀਂ ਚੱਕਣਾ ਮੁੜ ਕੇ ਪੁਲਿਸ ਖੇਚਦੀ ਧੁੰਦੀ ਫਿਰੂਗੀ ਜਿਨ੍ਹਾਂ ਦਾ ਹੈਗਾ ਲੈ ਜਾ ਮੋਟਰਸਾਈਕਲ ਦਾ ਨੰਬਰ ਆ ਆ ਅੱਜ ਵੀ ਸੋਸ਼ਲ ਮੀਡੀਆ ਤੇ ਚੱਲਦਾ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਲੋਕ ਅਜੇ ਵੀ ਕੋਠਾ ਛੱਤ ਨੂੰ ਇਸ ਕਰਕੇ ਬੈਠਿਆ ਕਿ ਨੇਤਾ ਬਜਰੀ ਮਹਿੰਗੀ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਚਾਕੜ ਸਾਹਿਬ ਨੇ ਵੀ ਚੱਕਿਆ ਇਹਨਾਂ ਨੇ ਵੀ ਚੱਕਿਆ ਹੁਣ ਵੱਖਰੀ ਗੱਲ ਐ ਕੈਪਟਨ ਲੋਕ ਤਾਂ ਇਨਸਾਫ ਮੰਗਦੇ ਤੇ ਜੇ ਉਹ ਸਾਰੇ ਮੁੱਦੇ ਐਗਜ਼ਿਸਟ ਕਰਦੇ ਆ ਜੇ ਤਾਂ ਸ੍ਰਿੰਦਰਪਾਲ ਨੂੰ ਟਾਵਰ ਤੋਂ ਲਾਉਣਾ ਹੈ ਜੇ ਮੁਹਾਲੀ ਦੇ ਵਿੱਚ ਬੈਠੇ ਆ ਕੰਟਰੈਕਟਰ ਵਾਲੇ ਜਿਹੜੇ ਸਾਡੇ ਕਰਮਚਾਰੀ ਨੇ ਉਹਨਾਂ ਨੂੰ ਖਾਣਯੋਗੀ ਰੋਟੀ ਜਿਹੜੀ ਹੈ ਉੱਡੀ ਤਨਖਾਹ ਦੇਣੀ ਹੈ ਸਿੱਧੂ ਸਾਹਿਬ ਛੱਕੇ ਚੌਕੇ ਤੋਂ ਥੱਲੇ ਨਾ ਆਇਓ ਕਿਉਂਕਿ ਰਫਤਾਰ ਥੋੜੀ ਜਿਹੀ ਘਟ ਗਈ ਤੀ ਓਵਰ ਥੋੜੇ ਨੇ ਗੇਂਦਾਂ ਥੋੜੀਆਂ ਨੇ ਵਿਕਟਾਂ ਵੀ ਘੱਟ ਬਚੀਆਂ ਤੇ ਉਧਰਲੇ ਪਾਸੇ ਰਨ ਬਹੁਤ ਬਣਾਉਣ ਵਾਲੇ ਆ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਦੁਬਾਰਾ ਪਲੇਇੰਗ 11 ਦੇ ਵਿੱਚ ਮੌਕਾ ਨਹੀਂ ਦਿੰਦੇ ਹੁੰਦੇ ਨਹੀਂ ਨਹੀਂ ਚਲੋ ਨਾਂ ਦੇਣਾ ਪਰ ਮੈਨੂੰ ਇਹ ਵੀ ਯਾਦ ਆਉਂਦਾ ਵੀ ਉਹ ਪਹਿਲਾਂ ਵਾਲਾ ਸਮਾਂ ਹੋਰ ਸੀ ਜਦੋਂ ਸ਼ਾਇਦ ਅਕਾਲੀ ਦਲ ਵਾਲੇ ਪਾਸਿਓਂ ਬੋਲਿਆ ਨਹੀਂ ਸੀ ਜਾਂਦਾ ਹੁਣ ਇੱਕ ਪਾਸੇ ਉਧਰ ਦੇਖੋ ਇਹ ਸਮਾਗਮ ਸੀ ਤਾਂ ਦੂਜੇ ਪਾਸੇ ਚਲੋ ਬਾਦਲ ਸਾਹਿਬ ਤੇ ਨਾਲ ਹਰਸਿੰਦਰ ਬਾਦਲ ਹੁਣੀ ਤੇ ਉੱਥੇ ਨੇ ਵੱਡੇ ਬਾਦਲ ਸਾਹਿਬ ਐਵੇਂ ਨਹੀਂ ਬੋਲਦੇ ਪਰ ਵਿਕਰਮ ਮਜੀਠੀਆ ਹੋਰ ਹੀ ਪੱਤਰਕਾਰਾਂ ਨੇ ਮੇਲੇ ਉਹ ਮੈਨੂੰ ਲੱਗਦਾ ਵੀ ਉਸੇ ਸ਼ੈਲੀ 'ਚ ਆਗੇ ਜਿਹੜੀ ਸ਼ੈਲੀ 'ਚ ਸਿੱਧੂ ਸਾਹਿਬ ਹੁੰਦੇ ਸੀ ਉਹ ਕਹਿੰਦੇ ਕਮਾਲ ਹੋ ਗਈ ਨਵਜੋਤ ਇਨਸਾਨ ਨੂੰ ਬਣਾ ਕੇ ਪ੍ਰਧਾਨ ਤੇ ਤੁਸੀਂ ਕਹਿੰਦੇ ਹੋ ਵੀ ਹੁਣ ਸਾਰਾ ਕੁਝ ਉਹ ਜੇ ਸਾ ਨਾ ਹੁਣ ਮਜੀਠੀਆ ਸਾਹਿਬ ਆ ਗਏ ਨਾ ਉਹਨਾਂ ਨੇ ਦੇਖਿਆ ਵੀ ਯਾਰ ਲੋਕ ਇਹ ਹਾਸੇ ਮਜ਼ਾਕ ਦੀ ਵਾਲੀ ਗੱਲ ਵਧੀਆ ਪਸੰਦ ਕਰਦੇ ਜੇ ਭਗਵੰਤ ਮਾਨ ਰਾਕੇ ਦੇ ਲੋਕ ਹਾਸੇ ਖੇਡ ਕੇ ਸੁਣੇ ਤਾਂ ਲੈ ਵੀ ਭਗਵੰਤ ਮਾਨ ਨੇ ਆਖਿਆ ਫਿਰ ਹੁਣ ਸਿੱਧੂ ਸਾਹਿਬ ਨੇ ਉਹੀ ਕੰਮ ਸ਼ੁਰੂ ਕੀਤਾ ਹੁਣ ਲੱਗਦਾ ਵੀ ਮਜੀਠੀਆ ਸਾਹਿਬ ਨੇ ਹਾਸੇ ਮਜ਼ਾਕ ਵਾਲੀ ਸ਼ੈਲੀ ਸ਼ੁਰੂ ਕਰ ਲਈ ਉਹ ਕਹਿੰਦਾ ਲੈ ਵੀ ਨਵਜੋਤ ਇੰਸਾਨ ਆ ਕੰਮ ਕਰੂਗਾ ਕਹਦੀ ਪੱਪੂ ਕਹਤਾ ਉਹਨੂੰ ਕਿਸੇ ਨੂੰ ਮੁੰਨੀ ਬਦਨਾਮ ਕਰਤੀ ਚੋਰਾਂ ਦੀ ਬਰਾਤ ਬਰਾਤ ਚਲਾਤੀ ਤੇ ਹੁਣ ਸਿੱਧੂ ਸਾਹਿਬ ਚੰਗੇ ਬੱਲੇ ਹੋ ਗਏ ਕਹਿੰਦੇ 10 ਸਾਲ ਦਾ ਬੰਦਾ ਸਾਡੇ ਨਾਲ ਰਿਹਾ ਉਦੋਂ ਤੁਸੀਂ ਦੇਖ ਤੇ ਹੁਣ ਤੁਸੀਂ ਆਖੀ ਜਨਾ ਵੀ ਬੰਦੇ ਨੇ ਸਾਰਾ ਕੁਝ ਹੱਲ ਕਰ ਦੇਣਾ ਇਦਾਂ ਕਿਦਾਂ ਹੱਲ ਕਰ ਦੇਣਾ ਲੋਕ ਭੁੱਲੇ ਨਹੀਂ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਮਜੀਠੀਆ ਸਾਹਿਬ ਨੂੰ ਪਤਾ ਲੱਗਾ ਵੀ ਹੁਣੇ ਪ੍ਰਧਾਨ ਬਣ ਗਏ ਤੇ ਆਪਾਂ ਨੂੰ ਹੁਣ ਸੇਡਾਉਣਾ ਹੀ ਪੈਣਾ ਇਹਦਾ ਮਤਲਬ ਆਉਣ ਵਾਲੇ ਦਿਨਾਂ ਵੀ ਤੱਤੀਆਂ ਤੱਤੀਆਂ ਖਬਰਾਂ ਦੇ ਦੋਹਾਂ ਪਾਸੇ ਤਾਂ ਆਇਆ ਕਰਨੀਆਂ ਪੂਰੀਆਂ ਆਇਆ ਕਰਨੀਆਂ ਕਿਉਂਕਿ ਸਿੱਧੂ ਸਾਹਿਬ ਦੀ ਕਰਮ ਭੂਮੀ ਜਿਹੜੀ ਉਹ ਮੱਝਾ ਤੇ ਮਜੀਠੀਆ ਸਾਹਿਬ ਦੀ ਵੀ ਮੱਝਾ ਤੇ ਉਧਰਲੇ ਪਾਸੇ ਉਹ ਸਖਜਿੰਦਰ ਸਿੰਘ ਰਿੰਦਾਵਾ ਸਾਹਿਬ ਦੀ ਵੀ ਮੱਝਾ ਆਪਾਂ ਨੂੰ ਪਤਾ ਹੈ ਕਿ ਗਰਦਾਸਪੁਰ ਲੋਕ ਸਭਾ ਹਲਕੇ ਦੀ ਚੋਣ ਦੇ ਵੇਲੇ ਕਿਦਾਂ ਇੱਕ ਦੂਜੇ ਕੈਪਟਨ ਬਲਵੀਰ ਸਿੰਘ ਬਾਠ ਸ੍ਰੀ ਹਰਗੋਬਿੰਦਪੁਰ ਹਲਕਾ ਜਦੋਂ ਤੱਕ ਰਿਜ਼ਰਵ ਨਹੀਂ ਸੀ ਹੋਇਆ ਉਤੋਂ ਅਕਾਲੀ ਦਲ ਦੇ ਲਗਾਤਾਰ ਤਿੰਨ ਵਾਰ ਦੇ ਐਮਐਲਏ ਰਹੇ ਉਹਨਾਂ ਦੇ ਘਰੇ ਗਿਆ ਮਜੀਠੀਆ ਸਾਹਿਬ ਉੱਥੇ ਕਹਿੰਦੇ ਢਾਈ ਮਹੀਨੇ ਨਹੀਂ ਕੱਢਣੇ ਸਿੱਧੂ ਨੇ ਸਾਨੂੰ ਪਤਾ ਹੀ ਇਹਦੀ ਆਦਤ ਦਾ ਇਥੋਂ ਵਿੱਚੋਂ ਹੀ ਗਈ ਹੂੰ ਇਹ ਬੰਦਾ ਨਹੀਂ ਕਿ ਇਹਨਾਂ ਰਲ ਕੇ ਚੱਲ ਸਕਦਾ ਕਾਂਗਰਸੀਆਂ ਨੇ ਕਿੱਥੇ ਰਲ ਜਾਣਾ ਪਰ ਹਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਭਾਜਪਾ ਵੱਲੋਂ ਜੇ ਕੋਈ ਇਹ ਬੰਦਾ ਇਲਜ਼ਾਮ ਲਾਊਗਾ ਨਾ ਕਿ ਭਾਈ ਹੁਣ ਸਾਰੇ ਦੋਤੋਂ ਤੇ ਹੋ ਗਿਆ ਇਹ ਗੱਲ ਸਿੱਧੂ ਸਾਹਿਬ ਨੂੰ ਸਮਝਣੀ ਪਊ ਸਾਢੇ 4 ਸਾਲਾਂ ਦੇ ਵਿੱਚ ਰੀਤਾ ਬਜਰੀ ਮਹਿੰਗੀ ਵਿਕੀ ਆ ਨਾ ਪੰਜਾਬ ਚ ਨਸ਼ਾ ਕਿਤਨਾ ਕਿਤੇ ਵਿਗਦਾ ਰਿਹਾ ਨਾ ਠੀਕ ਹੈ 2017 ਤੋਂ ਪਹਿਲਾਂ ਸਿੱਧੂ ਸਾਹਿਬ ਇਲਜ਼ਾਮ ਕਿਸੇ ਤੇ ਲੱਗਦੇ ਹੋਣਗੇ ਪਰ ਜੇ ਆਪਦੀ ਪਾਰਟੀ ਦੇ ਵਿੱਚ ਵੀ ਖੋਟਾ ਸਿੱਕਾ ਜੇ ਕੋ ਹੈਗਾ ਜੇ ਸੇਵ ਕੋਈ ਖਰਾਬ ਹੈਗਾ ਐਵੇਂ ਨਾਲ ਨਾਲ ਨਾ ਲਾਈ ਫਿਰਿਓ ਕਿਉਂਕਿ ਜੇਬ ਦੇ ਵਿੱਚ ਜੇ ਗਲਿਆ ਸੇਵ ਪਾਲਵਾਂਗੇ ਤਾਂ ਦਾਗ ਲੱਗਦਾ ਹੀ ਕੁਰਤੇ ਤੇ ਪੰਜਾਬ ਦੇ ਲੋਕ ਕਿਸੇ ਹੋਰ ਤਰ੍ਹਾਂ ਦੀ ਉਮੀਦ ਰੱਖਦੇ ਆ ਤੇ ਜੇ ਸਿਰਫ ਇਸ ਕਰਕੇ ਕਿ ਭਾਈ ਵੱਧ ਤੋਂ ਵੱਧ ਪਾਰਟੀ ਦੇ ਬੰਦੇ ਇਕੱਠੇ ਕਰਨਿਆਂ ਨਾਲ ਇਹ ਬੰਦੇ ਲੋਕਾਂ ਦੀਆਂ ਵੋਟਾਂ ਨਾਲ ਬਣੇ ਆ ਲੋਕਾਂ ਦਾ ਯਕੀਨ ਜਿੱਤਿਓ ਪਾਰਟੀ ਦੇ ਕਿਤੇ ਸਾਰੇ ਲੀਡਰ ਜਿੱਦਾਂ ਦੇ ਵੀ ਹੈਗੇ ਲਪੇਟ ਲਪੂਟ ਕੇ ਨਾਲ ਲਈ ਫਿਰਿਓ ਕੰਮ ਖਰਾਬ ਹੋਊਗਾ ਨਹੀਂ ਨਹੀਂ ਰੱਖਿਆ ਮਜੀਠੀਆ ਸਾਹਿਬ ਨੇ ਦੁਖ ਦੀ ਰਗ ਤੇ ਹੱਥ ਰੱਖਿਆ ਰੱਖਿਆ ਹਾਂ ਕਹਿੰਦੇ ਤੁਹਾਨੂੰ ਵੀ ਲੱਗਦਾ ਵੀ ਇਹਦਾ ਰਾਜ ਕੁਛ ਨਹੀਂ ਆਇਆ ਆਹ ਕਹਿੰਦੇ ਆ ਮਾਝੇ ਵਿੱਚ ਬਟਾਲੇ 'ਚ ਤੁਹਾਡੇ ਹੀ ਨਹੀਂ ਸ਼ਰਾਬ ਹੋ ਆਈ ਕਿੱਥੋਂ ਆਈ ਸੀ ਕਿਹਦੀ ਸੀ ਤੇ ਕਿੰਨੇ ਕੁ ਬੰਦੇ ਤੁਸੀਂ ਅੰਦਰ ਗਏ ਵੇਖ ਲਿਓ ਸ਼ਰਾਬ ਦੇ ਮਾਮਲੇ ਦੇ ਵਿੱਚ ਦਿਓ ਜਵਾਬ ਕਹਿੰਦੇ ਹੁਣ ਗੱਲ ਇਹ ਆ ਵੀ ਜੇ ਇਹ ਤਾਂ ਉਦੋਂ ਦਾ ਹੀ ਰੌਲਾ ਪਈ ਜਾਂਦਾ ਜਿਸ ਦਿਨ ਸਿੱਧੂ ਸਾਹਿਬ ਪ੍ਰਧਾਨ ਬਣੇ ਨੇ ਵੀ ਚੈੱਕ ਕਰ ਲਿਓ ਮਹਾਰਾਜ ਇਹਦਾ ਲਿੰਕ ਕਿਤੇ ਕਿਤੇ ਜਾ ਕੇ ਜੁੜਦਾ ਇਹ ਨਾ ਹੋਵੇ ਖੁਸ਼ੀ ਹਣ ਜੀ ਉਹਨਾਂ ਬੰਦਿਆਂ ਦੀ ਪਛਾਣ ਕਰਕੇ ਅੱਜ ਤਹ ਜੇ ਮਜੀਠੀਆ ਸਾਹਿਬ ਨੇ ਗੱਲ ਹੀ ਕੀਤੀ ਆ ਹੋ ਸਕਦਾ ਦੋਹਾਂ ਚੌ ਦਿਨਾਂ ਤੱਕ ਅਗਲੇ ਬੰਦੇ ਫੋਟੋਆਂ ਵੀਡੀਓ ਲੈ ਕੇ ਤੇ ਫਿਰ ਦਵਾਲੇ ਹੋ ਜਾਣ ਵੀ ਹਾਂ ਜੀ ਪ੍ਰਧਾਨ ਤੇ ਨਵੇਂ ਨਵੇਂ ਬਣੇ ਫਿਰਦੇ ਪ੍ਰਧਾਨ ਜੀ ਦੀ ਗੱਡੀ ਦੀ ਐਸੀਡ ਤੇ ਫਲਾਨਾ ਬੰਦਾ ਬੈਠਾ ਸੀ ਉਹਦਾ ਲਿੰਕ ਆ ਜੁੜਦਾ ਜੀ ਦਿਓ ਜਵਾਬ ਨਹੀਂ ਫੌਨਾ ਪੇਚਾ ਨਹੀਂ ਪੂਰਾ ਪੇਚਾ ਪਹਿਣਾ ਸੰਧਾਲੀਆ ਸਾਹਿਬ ਜਿਹੜੀ ਗੱਲ ਆਪਾਂ ਰੋਜ਼ ਕਰਦੇ ਆ ਇੱਕ ਵਾਰੀ ਫੇਰ ਉਹ ਦੁਹਰਾ ਦਿਈਏ ਕਿ ਜੇ ਨਵਜੋਤ ਸਿੰਘ ਸਿੱਧੂ ਦੇ ਕੋਲੇ 3 ਮਹੀਨੇ ਆ ਨਾ ਤਾਂ ਕੈਪਟਨ ਸਾਹਿਬ ਕੋ ਵੀ ਹੈਗੇ ਆ ਸੁਖਵੀਰ ਸਿੰਘ ਬਾਦਲ ਸਾਹਿਬ ਕੋ ਵੀ ਹੈਗੇ ਆ ਭਗਵ ਜੱਜ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਕਾਂਗਰਸ ਭਵਨ ਦੇ ਵਿੱਚ ਬਿਸਤਰਾ ਲਾ ਲੈਣਾ ਮੰਤਰੀ ਇੱਥੇ ਆਓ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਵੀ ਨਿਕਲੋ ਪਰ ਮੁੱਦੇ ਪੰਜਾਬ ਦੇ ਲੋਕਾਂ ਦੇ ਹੁਣ ਇੱਕ ਦੂਜੇ ਦੀ ਕੱਲੀ ਵਿਰੋਧਤਾ ਨਾ ਹੋਵੇ ਭਗਵੰਤ ਮਾਨ ਜੀ ਤੁਸੀਂ ਵੀ ਨਿਕਲੋ ਪੰਜਾਬ ਦੇ ਲੋਕਾਂ ਦੀ ਜਿੱਤ ਪਤਾ ਕਾਦੇ ਚੈ ਮੈਨੂੰ ਨਹੀਂ ਪਤਾ ਕੋਈ ਵੱਖਰੀ ਪਾਰਟੀ ਬਣਨੀ ਕਿ ਨਹੀਂ ਬਣਨੀ ਉਹਨੇ ਜਿੱਤਣਾ ਕਿ ਨਹੀਂ ਜਿੱਤਣਾ ਉਹ ਬਾਦ ਦੀਆਂ ਗੱਲਾਂ ਪਰ ਲੋਕਾਂ ਦਾ ਪ੍ਰੈਸ਼ਰ ਪ੍ਰੈਸ਼ਰ ਗਰੁੱਪ ਦਬਾਓ ਸਮੂਹ ਦੀ ਅਸਲ ਜਿੱਤ ਇਹੀ ਹੁੰਦੀ ਹੈ ਕਿ ਲੋਕਾਂ ਦੇ ਮੁੱਦਿਆਂ ਦੇ ਉੱਤੇ ਲੀਡਰ ਆ ਜਾਣ ਹੁਣ ਬਿਆਦਵੀ ਦਾ ਮੁੱਦਾ ਲੋਕਾਂ ਦਾ ਹੀ ਮੁੱਦਾ ਹੂੰ ਉਹ ਰੀਤਾ ਬਜਰੀ ਦਾ ਮੁੱਦਾ ਨਸ਼ੇ ਦਾ ਮੁੱਦਾ ਲੋਕਾਂ ਦਾ ਜੇ ਸੱਤਾਧਾਰੀ ਕਾਂਗਰਸ ਪਾਰਟੀ ਜਦੋਂ ਸਰਕਾਰ ਦੇ ਸਿਰਫ 6 ਮਹੀਨੇ ਰਹਿ ਗਏ ਉਹਦੀਆਂ ਸਟੇਜਾਂ ਤੇ ਉਹ ਮੁੱਦੇ ਗੂੰਜ ਸਕਦੇ ਆ ਕਿ ਪਾਈ ਨਹੀਂ ਤਾਂ ਲੋਕਾਂ ਨੇ ਵੜਨ ਨਹੀਂ ਦੇਣਾ ਇਹਦਾ ਮਤਲਬ ਹੈ ਕਿ ਲੋਕ ਜਿਤਵਲ ਵੱਧ ਰਹੇ ਆ ਲੋਕਾਂ ਦਾ ਏਕਾ ਤੇ ਆਪਣੇ ਮੁੱਦਿਆਂ ਤੋਂ ਧਿਆਨ ਪਰੇ ਨਾ ਹੋਣਾ ਜੇ ਇੱਕ ਪਾਰਟੀ ਨੂੰ ਕਾਇਮ ਕਰ ਗਿਆ ਬਾਕੀਆਂ ਨੂੰ ਵੀ ਕਰਜੂ ਨਹੀਂ ਨਹੀਂ ਬਾਕੀਆਂ ਨੂੰ ਕਰੋ ਪਰ ਇਹ ਗੱਲ ਨਹੀਂ ਸਮਝਾਈ ਕਿ ਪਹਿਲਾਂ ਤਾਂ ਜਦੋਂ ਚਰਚਾ ਚੱਲੀ ਸੀ ਆ 1 ਜੂਨ ਦੇ ਲਾਗੇ ਬੰਨੇ 4 ਜੂਨ 5 ਜੂਨ ਦੇ ਲਾਗੇ ਬੰਨੇ ਹਨਾ ਉਦੋਂ ਜਦੋਂ ਵਾਵਾ ਸੁਣਨ ਮਿਲਿਆ ਵੀ 1 ਜੁਲਾਈ ਪੱਕੀ ਹੋ ਗਈ ਵੀ ਉਦੋਂ ਤੋਂ ਆਪਾਂ ਦੁਬਾਰਾ ਮੋਰਚਾ ਲਾ ਦੇਣਾ ਮੈਂ ਜਿਹੇ ਦਾ ਧਿਆਨ ਨਾਲ ਸਮਾਂਡਰਾਂ ਦੀ ਗੱਲ ਕਰਦਾ ਉਦੋਂ ਬਾਅਦ ਫੇਰ ਨਹੀਂ ਉਹ ਵਾਵਾ ਚਿਰ ਲੱਭੇ ਪਰ ਅਚਾਨਕ ਕੱਲ ਸਾਹਮਣੇ ਆਏ ਨੇ ਉਹ ਕਹਿੰਦੇ ਵੀ ਆਹ ਦੇਖੋ ਜੀ ਆਹ 5 ਬੰਦੇ ਐ ਦੋ ਕੈਪਟਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਤਪ੍ਰਿੰਦਰ ਸਿੰਘ ਬਾਜਵਾ ਨਾਲ ਤਿੰਨ ਐਮਐਲਏ ਇਹ ਕਹਿੰਦੇ ਵੀ ਇਨ੍ਹਾਂ ਬੰਦਿਆਂ ਨੂੰ 2 ਅਗਸਤ ਨੂੰ ਇਥੇ ਕਾਲ ਤਖਤ ਸਾਹਿਬ ਦੇ ਉੱਪਰ ਆਣ ਕੇ ਜਵਾਬ ਦੇਣਾ ਪੈਣਾ ਵੀ ਜਿਹੜੇ ਇਹਨਾਂ ਨੇ ਬਰਗਾੜੀ ਮੋਰਚਾ ਚਲਾਉਣ ਵੇਲੇ ਵਾਅਦੇ ਕੀਤੇ ਸੀ ਚਕਾਉਣ ਵੇਲੇ ਉਹ ਕਿੱ ਦੇਖੋ ਸੰਧਾਲੀਆ ਸਭ ਜੇ ਤੁਹਾਨੂੰ ਯਾਦ ਹੋਵੇ ਤਾਂ ਇਸ ਗੱਲ ਦੇ ਵਿੱਚ ਕੋਈ ਦੂਰਾ ਹੀ ਨਹੀਂ ਕਿ ਜਦੋਂ ਬਰਗਾੜੀ ਵਾਲਾ ਮੋਰਚਾ ਸਿਖਰ ਤੇ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਉਦੋਂ ਬਹੁਤ ਨੇੜੇ ਹੁੰਦੇ ਸੀ ਤ੍ਰਿਪ ਤਰਜੇਂਦਰ ਬਾਜਵਾ ਵੀ ਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਗੱਲ ਦੇ ਵਿੱਚ ਕੋਈ ਦੂਰਾ ਹੀ ਨਹੀਂ ਜਦੋਂ ਉਹ ਕਹਿੰਦੇ ਸੀ ਕਿ ਬ੍ਰਮ ਜੀ ਮੈਂ ਹੀ ਤੁਹਾਨੂੰ ਮਿਲਾਇਆ ਸੀ ਨਾ ਕੈਪਟਨ ਸਾਹਿਬ ਦੇ ਨਾਲ ਅੱਜ ਕਿਹੜੀ ਗੱਲ ਹੈ ਇੰਨਾ ਨੇੜੇ ਹੁੰਦੇ ਸੀ ਕਿ ਬਰਗਾੜੀ ਵਾਲਾ ਮੋਰਚਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਲਈ ਚੁਣੌਤੀ ਬਣ ਗਿਆ ਸੀ ਇਹੀ ਜਾ ਕੇ ਮੀਟਿੰਗਾਂ ਕਦੇ ਗੱਡੀ 'ਚ ਬਹਿ ਕੇ ਕਦੇ ਇੱਕ ਬੰਦ ਕਮਰੇ 'ਚ ਬਹਿ ਕੇ ਕਦੇ ਸੰਗਤ ਦੇ ਵਿੱਚ ਬ ਕਾਨੂੰਨੀ ਪ੍ਰਕਿਰਿਆ ਹੱਲ ਕਰਾਂਗੇ ਪਹਿਲੀ ਗੱਲ ਕਿ ਭਾਈ ਧਿਆਨ ਸਿੰਘ ਮੰਡ ਜਾਂ ਜਸਦੇਵ ਧਿਆਨ ਸਿੰਘ ਮੰਡ ਲੇਟ ਹੋ ਗਿਆ 2018 ਦਾ ਮਸਲਾ 21 ਅੱਧ ਚਲੇ ਗਿਆ ਹਮ ਇਹਨਾਂ ਲੇਟ ਨਹੀਂ ਸੀ ਹੋਣਾ ਚਾਹੀਦਾ 90 ਦਿਨ ਦੇਖਦੇ 190 ਦਿਨ ਦੇਖ ਲੈਂਦੇ ਅਬ ਵਿਧਾਨ ਸਭਾ ਉਹਦੀਆਂ ਚੋਣਾ ਦੇ ਨੇੜੇ ਆ ਕੇ ਕਾਹ ਤੋਂ ਚੇਤੇ ਆਇਆ ਹੁਣ ਕੁਸ਼ਲਦੀਪ ਸਿੰਘ ਕਿ ਕਿ ਢੱਲੋਂ ਉਹਨਾਂ ਦੇ ਨਾਲ ਕੁਲਵੀਰ ਸਿੰਘ ਜੀਰਾ ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ 'ਚ ਬਹਿਸ ਸ਼ੁਰੂ ਕੀਤੀ ਸੀ ਉਦੋਂ ਕਿ ਭਾਈ ਆ ਦੇਖੋ ਬੇਅਦਬੀ ਵਾਲੇ ਮੁੱਦੇ ਤੇ ਰਿਪੋਰਟ ਆ ਗਈ ਹੈ ਪੰਜੇ ਬੰਦਿਆਂ ਨੂੰ 2 ਅਗਸਤ ਨੂੰ ਸੱਦ ਲਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣਾ ਪੱਖ ਕਲੀਅਰ ਕਰਨਾ ਚਾਹੀਦਾ ਉਹਨਾਂ ਦੇ ਕੋਲੇ ਲੌਜੀਕ ਵਧੇਰੇ ਹੈ ਪਰ ਭਾਈ ਧਿਆਨ ਸਿੰਘ ਮੰਡੋਰੀ ਕਿਉਂਕਿ ਲੀਡਰ ਤਾਂ ਨਹੀਂ ਹੈ ਕਿ ਰਾਜਨੀਤਿਕ ਤੌਰ ਤੇ ਹੂੰ ਰਾਜਨੀਤਿਕ ਲੀਡਰ ਲੇਟ ਹੋ ਜਵੇ ਗੱਲ ਪਤਾ ਲੱਗਦੀ ਹੈ ਪਰ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੂੰ ਲੇਟ ਨਹੀਂ ਹੋਣਾ ਚਾਹੀਦਾ ਹੁਣ ਲੋਕ ਸੰਗਤ ਇਹਨੂੰ ਕਿੰਨਾ ਕੁ ਗੰਭੀਰਤਾ ਨਾਲ ਲੈਂਦੇ ਆ ਇਹ ਗੱਲ ਦੇਖਣ ਵਾਲੀ ਹੋਏਗੀ ਨਹੀਂ ਨਹੀਂ ਇਹ ਹੈਗਾ ਪਰ ਇਹ ਮਤਲਬ ਉਹਨੇ ਦੇ ਚੱਕਰੇ ਨਹੀਂ ਆ ਵੀ ਮੱਡ ਸਾਹਿਬ ਨੇ ਜਿਹੜੀ ਗੱਲ ਕੀਤੀ ਵੀ ਉਹ ਗਲਤ ਹੈ ਜਾਂ ਮਾੜੀ ਬਸ ਮੁਸ਼ਕਲ ਸਿਰਫ ਸਮੇਂ ਦੀ ਹੈ ਇਹ ਇੰਨਾ ਸਮਾਂ ਕਿਉਂ ਲੱਗਿਆ ਇਸ ਗੱਲ ਦੇ ਲਈ ਕਿਉਂਕਿ ਇਹ ਤੇ ਮੇਰੇ ਖਿਆਲ ਨਾਲ ਬਹੁਤ ਪਹਿਲਾਂ ਸਵਾਲ ਪੁੱਛ ਲੈਣਾ ਚਾਹੀਦਾ ਕਿਉਂਕਿ 5 6 ਮਹੀਨੇ ਪਹਿਲਾਂ ਤਾਂ ਬੂਟਾ ਵਾਲਿਆਂ ਨਾਲੇ ਲੀਡਰ ਬੋਲਦੇ ਹੁੰਦੇ ਆ ਉਹਨਾਂ ਨੂੰ ਤਾਂ ਕਿ ਗਰੰਟਾ ਵੀ ਦੇ ਦਿਓ ਵੀ ਸਭ ਕੁਝ ਦੇ ਦਿਓ ਵੀ ਹਾਂ ਕਿਤੇ ਕਿਤੇ ਪਹਿਲਾਂ ਗਰੰਟਾ ਮਿਲਦੀ ਉਹ ਵੀ ਜੇ ਬਾਈ ਇਲੈਕਸ਼ਨ ਹੋਵੇ ਗਰਦਾਸਪੁਰ ਚ ਹੋਈ ਸੀ ਇਹਦੇ ਤੋਂ ਇਲਾਵਾ ਇਧਰਲੇ ਪਾਸੇ ਆ ਸ਼ਾਹਕੋਟ ਵਾਲੇ ਪਾਸੇ ਹੋਈ ਸੀ ਗਰੰਟਾ ਤਾਂ ਉੱਥੇ ਮਿਲੀਆਂ ਜੇ ਸ਼ਹਿਰਾਂ ਦੀ ਕਿਤੇ ਚੋਣਾ ਜੀ ਉਹਨਾਂ ਨੂੰ ਤਾਂ ਇਸ ਤਰੀਕੇ ਨਾਲ ਨਹੀਂ ਸੀ ਚੱਲਣਾ ਚਾਹੀਦਾ ਬਾਕੀ ਦੇਖਦੇ ਆ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਲਓ ਸਿਮਰਜੀਤ ਬੈਂਸ ਹੋਰਾਂ ਦੀ ਗੱਲ ਹੋਣਾ ਆਪਾਂ ਕਰਨੀ ਉਹ ਵਿਚਾਰੇ ਆਪ ਗੱਲ ਨਹੀਂ ਕਰਨਦੇ ਕਿ ਜਿਹੜਾ ਕੁਝ ਉਹ ਚੱਲਣ ਡਿਆ ਕੰਮ ਉਹ ਸਾਰੇ ਕੁਝ ਦੇ ਵਿੱਚ ਕਹਿੰਦੇ ਵੀ ਰਾਹਤ ਕੋਈ ਨਹੀਂ ਮਿਲੀ ਉਹਨਾਂ ਨੂੰ ਦੇਖੋ ਲੁਧਿਆਣੇ ਦੇ ਵਿੱਚ ਉਹ ਬੀਬੀ ਇੱਕ ਧਰਨੇ ਤੇ ਬੈਠੀ ਸੀ ਕਿ ਮੇਰੇ ਨਾਲ ਪਾਈ ਤੱਕਾ ਹੋਇਆ ਸ਼ੋਸ਼ਣ ਹੋਇਆ ਐਫ ਆਈ ਆਰ ਤੱਕ ਦਰਜ ਨਹੀਂ ਹੁੰਦੀ ਅਦਾਲਤ ਦੇ ਵਿੱਚ ਬੀਬੀ ਚਲੇ ਗਿਆ ਉਹਨਾਂ ਨੇ ਕਿਹਾ ਕਦਾ ਐਫ ਆਈ ਆਰ ਦਰਜ ਕਰੋ ਬੈਂਸਾ ਹਾਈ ਕੋਰਟ ਚਲੇ ਗਿਆ ਕਿ ਪਾਈ ਐਫ ਆਈ ਆਰ ਦਰਜ ਕਰਨ ਦੇ ਹੁਕਮ ਰੱਦ ਕਰੋ ਹਾਈ ਕੋਰਟ ਨੇ ਕਹਤਾ ਨਹੀਂ ਥੋੜਾ ਗੰਭੀਰ ਲੱਗਦਾ ਮਸਲਾ ਐਫ ਆਈ ਆਰ ਦਰਜ ਹੋ ਗਈ ਹੈ ਸੱਤ ਬੰਦਿਆਂ ਦੇ ਖਿਲਾਫ ਇੱਕਨੇ ਦੇ ਭਾਈ ਸਾਹਿਬ ਵੀ ਨਾਲ ਨੇ ਹੁਣ ਤੱਕ ਕੰਮ ਇਹਦੀ ਚੱਲੂ ਉਧਰ ਅਕਾਲੀ ਦਲ ਵਾਲੇ ਕਾਇਮ ਹੋ ਗਏ ਉਹ ਕਹਿੰਦਾ 7 ਦਿਨ ਦਿੱਤੇ ਬੰਦਾ ਫੜ ਲਓ ਅੰਦਰ ਕਰ ਦਿਓ ਸਮਝੀਤ ਬੈਸ ਪੁੱਛਗਿਸ਼ ਕਰੋ ਮਾਮਲਾ ਗੰਭੀਰ ਹੈ ਨਹੀਂ ਤਾਂ 7ਵੇਂ ਦਿਨ ਅਸੀਂ ਅੰਦੋਲਨ ਕਰਾਂਗੇ ਗੋਸ਼ਾ ਸਾਹਿਬ ਸਰਗਰਮ ਹੋਣੇ ਆ ਕਿਉਂਕਿ ਉਹ ਤੇ ਹੋਣਾ ਹੀ ਹੈ ਗਰਮ ਉਹਨਾਂ ਨੇ ਦੇਖੋ ਕਾਰਨ ਇਹ ਹੈ ਵੀ ਜੋ ਪਿਛਲੇ ਸਮੇਂ ਚੱਲਿਆ ਜੀ ਪਰ ਮੇਰੇ ਖਿਆਲ ਨਾਲ ਜੇ ਸਾਹਿਬ ਨੇ ਇਸ ਮੁੱਦੇ ਨੂੰ ਲੈ ਕੇ ਤੇ ਉਹ ਸਾਰਾ ਕੁਝ ਐਸ ਲੈਵਲ ਤੱਕ ਜਾ ਕੇ ਅੱਪੜ ਗਿਆ ਇਦੀ ਵੈਸੇ ਵਾਵਾ ਲੰਮਾ ਸਮਾਂ ਆਮ ਲੋਕਾਂ ਨੂੰ ਆਸ ਹੈ ਨਹੀਂ ਸੀ ਕਿ ਵੀ ਆਰੇ ਮੁੱਦੇ ਤੋ ਤੱਕ ਚਲੇ ਜਾਊਗਾ ਪਰ ਜੇ ਸਾਭ ਨਾ ਚਲੇਗਾ ਹੁਣ ਮੇਰੇ ਖਿਆਲ ਨਾਲ ਆਉਣ ਵਾਲੇ ਦਿਨਾਂ ਚ ਹੋ ਸਕਦਾ ਵੀ ਪਰੇਸ਼ਾਨੀ ਤੇ ਬਣੂਗੀ ਬੈ ਸਾਹਿਬ ਲਈ ਨਹੀਂ ਪਰੇਸ਼ਾਨੀ ਕਿਉਂਕਿ ਇਲੈਕਸ਼ਨ ਸਿਰ ਤੇ ਹੈ ਫੈਸਲਾ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਅਦਾਲਤ ਚ ਬਹੁਤ ਦੂਰ ਤੱਕ ਚਲੇ ਜਾਣਾ ਕੰਮ ਨਾ ਪਰ ਹੁਣ ਇਧਰ ਲੜਨਗੇ ਜਾਂ ਚੋਣ ਲੜਨਗੇ ਜਾਂ ਉਧਰ ਵੋਟਰਾਂ ਨੂੰ ਕਿਉਂਕਿ ਜਵਾਬ ਦੇਣੇ ਪਹਿਣਗੇ ਇਸ ਮੁੱਦੇ ਤੇ ਇਸ ਕਰਕੇ ਥੋੜੀ ਜੀ ਔਖ ਹੋਈ ਹੈ ਪਰ ਨਾਲ ਦੀ ਨਾਲ ਸੰਧਾਲੀਆ ਸਭ ਇੱਕ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਾਹਿਬ ਨੂੰ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਿਖਣ ਕਿਉਂ ਤੋਮਰ ਸਾਹਿਬ ਨੇ ਪਿਛਲੇ ਦਿਨੀ ਕਿਹਾ ਸੀ ਕਿ ਸਾਡੇ ਕੋਲ ਕੋਈ ਅੰਕੜਾ ਨਹੀਂ ਕਿ ਕਿਸਾਨ ਅੰਦੋਲਨ ਦੇ ਵਿੱਚ ਕਿੰਨੇ ਕਿਸਾਨਾਂ ਦੀ ਮੌਤ ਹੋਈ ਹੈ ਜਾਂ ਉਹ ਸ਼ਹੀਦ ਹੋਏ ਆ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਉਹਨਾਂ ਨੇ ਪਰਿਵਾਰਾਂ ਦੇ ਨਾਲ ਸੰਪਰਕ ਸਾਂਦਣਾ ਸ਼ੁਰੂ ਕਰ ਦਿੱਤਾ ਜਿਹੜੇ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਕਹਿੰਦੇ ਨੌਕਰੀਆਂ ਦੇਣੀ ਐ ਜਿੰਨੀ ਕਿ ਵਿਦਿਅਕ ਯੋਗਤਾ ਉਹਦੇ ਆਧਾਰ ਦੇ ਉੱਤੇ ਅਸੀਂ ਨੌਕਰੀਆਂ ਦੇਾਂਗੇ ਰੋਟੀ ਪਾਣੀ ਜੇ ਕੇਂਦਰ ਸਰਕਾਰ ਐ ਤਾਂ ਫਿਰ ਸੂਬਾ ਸਰਕਾਰ ਵੀ ਤਾਂ ਭਾਰਤ ਦੇ ਉਸੇ ਕਨਸਟੀਟਿਊਸ਼ਨ ਦੇ ਵਿੱਚ ਚੱਲਦੀ ਐ ਕਿਸਾਨ ਜਥੇਬੰਦੀਆਂ ਕਹਿੰਦੀਆਂ ਲੋੜ ਹੀ ਨਹੀਂ ਅਸੀਂ ਆਪ ਹੀ ਲਿਸਟਾਂ ਪਚਾ ਦਿੰਨੇ ਹਾਂ ਰਿਜ਼ਰਵ ਤੁਹਾਡੇ ਕੋਲੇ ਅਸੀਂ ਤਾਂ ਰੋਜ਼ ਲਿਖਦੇ ਹਾਂ ਪੋਸਟਮਾਰਟਮ ਕਿੱਥੋਂ ਆ ਸਾਡੇ ਕੋਲੇ ਤਾਂ ਬਕਾਇਦਾ ਸਾਰਾ ਕੁਝ ਪਿਆ ਐਵੇਂ ਤੁਸੀਂ ਘਰੋ ਘਰੀ ਜਾਂਦੇ ਫਿਰਾਂਗੇ ਰਿਪੋਰਟਾਂ ਤੁਹਾਡੇ ਕੋਲੇ ਪਹੁੰਚ ਜਾਣਗੀਆਂ ਕਿਉਂਕਿ ਜਥੇਬੰਦੀਆਂ ਜਥੇਬੰਦ ਨੇ ਤੇ ਮੈਂ ਸਿਰਫ ਇਹੀ ਚਾਹੁੰਦਾ ਕਿ ਕੈਪਟਨ ਸਾਹਿਬ ਇੱਕ ਵਾਰੀ ਜਦੋਂ ਤੁਹਾਡੇ ਕੋਲੇ ਸਾਰਾ ਕੰਮ ਮੁਕੰਮਲ ਹੋ ਗਿਆ ਲਿਸਟਾਂ ਬਣ ਗਈਆਂ ਇੱਕ ਸਰਕਾਰੀ ਚਿੱਠੀ ਤੋਮਰ ਸਾਹਿਬ ਨੂੰ ਜ਼ਰੂਰ ਪਾ ਦਿਓ ਫਿਰ ਸ਼ਾਇਦ ਉਹਨਾਂ ਕੋਲ ਅੰਕੜਾ ਹੋਵੇ ਹਾਂ ਨਹੀਂ ਅੰਕੜਾ ਹੋਵੇ ਨਾਲ ਬਕਾਇਦਾ ਨਾਂ ਹੋਵੇ ਬੰਦੇ ਦਾ ਪਿੰਡ ਹੋਵੇ ਉਦੋਂ ਬਾਅਦ ਫੋਨ ਨੰਬਰ ਹੋਵੇ ਵੀ ਜੇ ਪਰਿਵਾਰ ਨਾਲ ਗੱਲ ਕਰਨੀ ਤਾਂ ਕਰ ਲੋ ਤਾਂ ਜੋ ਇਹ ਚਲਦਿਆਂ ਚਲਦੇ ਜੇ ਮੰਨ ਲਓ ਕੋ ਦੁਬਾਰਾ ਐਮਪੀ ਸਵਾਲ ਕਰੇ ਕਿ ਜਿਹੜੇ ਉੱਥੇ ਕਿਸਾਨ ਬੈਠੇ ਨੇ ਜਿन्हੀਆਂ ਨੇ ਮੌਤਾਂ ਹੋਈਆਂ ਜੀ ਉਹਨਾਂ ਬਾਰੇ ਕੀ ਕਹਿੰਦੇ ਹੋ ਉਹ ਦੁਬਾਰਾ ਫਿਰ ਨਾ ਕਹਿਣ ਸਾਡੇ ਕੋਲ ਤੇ ਅੰਕੜਾ ਹੀ ਕੋਈ ਨਹੀਂ ਹੈਗਾ ਮੁਸ਼ਕਲ ਹੋ ਗਈ ਹੈ ਹੈਨਾ ਇਹ ਵੀ ਕਰ ਸਕਦੇ ਆ ਮਲੇ ਇਹਨਾਂ ਦੇ ਆਪਣੇ ਕਾਂਗਰਸ ਦੇ ਐਮਪੀ ਨੇ ਉਹਨਾਂ ਦੇ ਹੱਥ ਭੇਜ ਦੇਣ ਕੋਈ ਨਾ ਕੋਈ ਚਿੱਠੀ ਜਦੋਂ ਅਗਲਾ ਆ ਕੇ ਅੰਕੜਾ ਹੈ ਨਹੀਂ ਤੇ ਕੋਈ ਐਮਪੀ ਇਧਰ ਨੀ ਇਹ ਬਹੁਤ ਕਮਾਲ ਦੀ ਗੱਲ ਹੈ ਮੰਤਰੀ ਸਾਹਿਬ ਤਾਂ ਵੈਸੇ ਪਤਾ ਨਹੀਂ ਸਰਕਾਰ ਦੇ ਵਿੱਚ ਕਈ ਕੁਛ ਏਦਾਂ ਦਾ ਹੋਈ ਜਾਂਦਾ ਅੱਜ ਇੱਕ ਪੰਜਾਬੀ ਦੇ ਬਹੁਤ ਵੱਡੇ ਅਖਬਾਰ ਦੇ ਐਡੀਟਰ ਦਾ ਇੱਕ ਬਹੁਤ ਵੱਡਾ ਲੇਖ ਛਪਿਆ ਉਹਦੇ ਵਿੱਚ ਉਹਨਾਂ ਨੇ ਪਤਾ ਕੀ ਲਿਖਿਆ ਕਹਿੰਦੇ ਆਕਸੀਜਨ ਥੋੜੀ ਮੁੱਕੀ ਸੀ ਉਹ ਤਾਂ ਲੋਕ ਸਾਹ ਲੈਣਾ ਭੁੱਲ ਗਏ ਸੀ ਮੈਨੂੰ ਲੱਗਾ ਕਿ ਇਹਦੇ ਤੋਂ ਵੱਡਾ ਸਟਾਇਰ ਨਹੀਂ ਕੋਈ ਹੋ ਸਕਦਾ ਹੁਣ ਉਹਨਾਂ ਨੇ ਨਾਲੇ ਵੀ ਲਿਖਿਆ ਉਹ ਕਹਿੰਦੇ ਜੀ ਦੇਖੋ ਕੀ ਬਾਤ ਹੈ ਕਿ ਸਰਕਾਰ ਬਾਰ ਬਾਰ ਦਾਅਵੇ ਕਰਦੀ ਸਪਲਾਈ ਨਿਰਵਿਘਨ ਹੋਊਗੀ ਜੀ ਸਪਲਾਈ ਏਦਾਂ ਹੋਊਗੀ ਜੀ ਸਪਲਾਈ ਅਸੀਂ ਵਧਾਵਾਂਗੇ ਕਹਿੰਦੇ ਜੀ ਘਾਟ ਹੀ ਕੋਈ ਨਹੀਂ ਸੀ ਉਸ ਬਿਲਿਫ ਇਹ ਬਿਆਨ ਕਿਉਂ ਦੇਣੇ ਪਏ ਸੀ ਚਲੋ ਉਹ ਗੱਲਾਂ ਪਿੱਛੇ ਰਹਿ ਗਈਆਂ ਪਰਿਵਾਰਾਂ ਦੇ ਜੀ ਵਿਛੜਨੇ ਸੀ ਚਲੇ ਗਏ ਪਰ ਇੰਨੀ ਅਣਗਹਿਲੀ ਨਹੀਂ ਹੋਣੀ ਚਾਹੀਦੀ ਜਿੰਨੀ ਹੋਈ ਹੈ ਨਹੀਂ ਮੈਨੂੰ ਤਾਂ ਇਹ ਲੱਗਦਾ ਵੀ ਜੇ ਕੱਲ ਨੂੰ ਇਹ ਮਾਮਲਾ ਫਿਰ ਅਦਾਲਤੋਂ ਅਦਾਲਤੀ ਹੋ ਗਿਆ ਤੇ ਹੋ ਸਕਦਾ ਵੀ ਕੋਈ ਵੱਡੇ ਜੱਜ ਸਾਹਿਬ ਇਸ ਚੀਜ਼ ਲਿਆ ਨਾਖਣ ਵੀ ਲਓ ਮੈਂ ਗਵਾਹੀ ਦੇ ਦਿੰਦਾ ਵੀ ਮੈਂ ਉਦੋਂ ਕੀ ਕੀ ਟਿੱਪਣੀਆਂ ਕਰਦਾ ਰਿਹਾ ਹਾਂ ਹੈ ਨਾ ਵੀ ਮੇਰੇ ਕੋਲ ਇਹ ਮੇਰੀ ਚੱਲੂ ਗਵਾਹੀ ਆ ਮੇਰੇ ਕੋਲ ਕਿਹੜੇ ਕਿਹੜੇ ਕਾਗਜ਼ ਆਏ ਜਿਨ੍ਹਾਂ ਤੋਂ ਮੈਂ ਕਰਕੇ ਦੱਸਿਆ ਵੀ ਭਾਈ ਸਾਹਿਬ ਹੈ ਨਹੀਂ ਆਕਸੀਡ ਇਹ ਸਰਕਾਰ ਕੋਲੇ ਨਹੀਂ ਪਤਾ ਲੱਗਦਾ ਤੇ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਜੀ ਲੋੜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ ਦੇਖਦੇ ਰਹਿਣਾ ਪ੍ਰਾਈਮੇ ਸ਼ੈ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ